ਮੁੱਦੇ ਦੀ ਗੱਲ ਦੇਖ ਰਹੇ ਹੋ ਤੁਸੀਂ, ਮੈਂ ਹਾਂ ਸੁਰਿੰਦਰ ਢੱਲਾ। ਜੰਮੂ ਕਸ਼ਮੀਰ ਹੁਣ ਸੂਬਾ ਨਹੀਂ ਰਿਹਾ ਬਲਕਿ ਸਿਰਫ ਯੂਨੀਅਨ ਟੈਰੀਟਰੀ ਬਣ ਗਈ ਹੈ, ਭਾਵ ਕਸ਼ਮੀਰ ਦਾ ਕੰਟਰੋਲ ਹੁਣ ਸਿੱਧਾ ਕੇਂਦਰ ਦੀ ਸਰਕਾਰ ਦੇ ਹੱਥ ਆ ਗਿਆ, ਜਿਵੇਂ ਦਿੱਲੀ ਦਾ ਕੰਟਰੋਲ ਕੇਂਦਰ ਦੇ ਹੱਥ ਹੈ ਅਤੇ ਜਿਵੇਂ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਦਾ ਕੰਟਰੋਲ ਕੇਂਦਰ ਦੇ ਹੱਥ ਹੈ। ਯੂਟੀ ਬਣਾ ਦਿੱਤਾ ਗਿਆ ਕਸ਼ਮੀਰ ਨੂੰ, ਲੱਦਾਖ ਨੂੰ ਵੀ ਯੂਨੀਅਨ ਟੈਰੀਟਰੀ ਬਣਾ ਦਿੱਤਾ ਗਿਆ, ਜੰਮੂ ਨੂੰ ਵੱਖਰੀ ਸਟੇਟ ਦੇ ਤੌਰ 'ਤੇ ਦਰਜਾਬੰਦੀ ਕਰ ਦਿੱਤੀ ਗਈ ਹੈ। ਉਂਝ ਜਦ ਤੱਕ ਇਸ ਮਸਲੇ ਦਾ ਠੋਸ ਨਿਪਟਾਰਾ ਨਹੀਂ ਹੋਣਾ ਸੀ ਤਦ ਤੱਕ ਇਸ ਮੁੱਦੇ 'ਤੇ ਖੂਬ ਰਾਜਨੀਤੀ ਹੋਣੀ ਸੀ, ਪਰ ਹੁਣ ਬੀਜੇਪੀ ਦਾ ਦਾਅਵਾ ਹੈ ਕਿ ਅਸੀਂ ਜੰਮੂ ਕਸ਼ਮੀਰ ਦਾ ਮਸਲਾ ਖਤਮ ਕਰ ਦਿੱਤਾ, ਹੱਲ ਕਰ ਦਿੱਤਾ। ਪਰ ਇਹ ਇੱਕ ਪਾਸੜ ਹੈ, ਜੰਮੂ ਕਸ਼ਮੀਰ ਦਾ ਅਸਲ ਮਸਲਾ ਪਾਕਿਸਤਾਨ ਵਾਲੇ ਪਾਸੇ ਵੀ ਹੈ, ਉਹਦਾ ਹੱਲ ਹਜੇ ਭਵਿੱਖ 'ਚ ਹੈ। ਪਰ ਹੁਣ ਜੋ ਕੁਝ ਵਾਪਰਿਆ ਬਹੁਤ ਵੱਡੀ ਪੱਧਰ 'ਤੇ ਆਮ ਲੋਕ ਇਹਦਾ ਸਵਾਗਤ ਕਰ ਰਹੇ ਨੇ, ਬਹੁਤ ਵੱਡੀ ਪੱਧਰ 'ਤੇ ਪੋਲੀਟੀਕਲ ਲੋਕ ਵੀ ਸਵਾਗਤ ਕਰ ਰਹੇ ਨੇ, ਪਰ ਸਾਡੀਆਂ ਕਈ ਮੁੱਖ ਵਿਰੋਧੀ ਪਾਰਟੀਆਂ ਨੂੰ ਨਰਿੰਦਰ ਮੋਦੀ ਦਾ ਇਹ ਵੱਡਾ ਫੈਸਲਾ ਪਸੰਦ ਨਹੀਂ ਆਇਆ। ਕੈਪਟਨ ਅਮਰਿੰਦਰ ਨੂੰ ਨਾ ਤਾਂ ਸਿੱਧੂ ਦੀ ਜੱਫੀ ਪਸੰਦ ਆਈ ਸੀ, ਪਾਕਿਸਤਾਨ 'ਚ ਕਰਤਾਰਪੁਰ ਸਾਹਿਬ ਦੇ ਲਾਂਘੇ ਦੀ ਖੁਸ਼ਖਬਰੀ ਬਦਲੇ ਜਿਹੜੀ ਸਿੱਧੂ ਨੇ ਪਾਈ ਸੀ, ਅਤੇ ਨਾ ਹੀ ਨਰਿੰਦਰ ਮੋਦੀ ਨੂੰ ਮੋਦੀ ਦਾ ਇਹ ਫੈਸਲਾ ਪਸੰਦ ਆਇਆ। ਕੈਪਟਨ ਅਮਰਿੰਦਰ ਵੀ ਕਹਿੰਦਾ ਇਹ ਗੈਰ ਸੰਵਿਧਾਨਿਕ ਫੈਸਲਾ ਹੈ, ਕਾਂਗਰਸ ਵੀ ਕਹਿੰਦੀ ਇਹ ਗੈਰ ਸੰਵਿਧਾਨਿਕ ਫੈਸਲਾ ਹੈ, ਪਰ ਵੱਡੀ ਗਿਣਤੀ 'ਚ ਜਿਹੜੇ ਆਮ ਲੋਕ ਨੇ ਉਹ ਇਸ ਫੈਸਲੇ ਤੋਂ ਸੰਤੁਸ਼ਟ ਨੇ। ਆਮ ਲੋਕਾਂ ਦਾ ਦਰਦ ਇਹ ਸੀ ਕਿ ਜੇ ਅਸੀਂ ਬਾਬਿਆਂ ਦੇ ਮੱਥਾ ਟੇਕਣ ਵੀ ਜਾਈਏ ਤਾਂ ਸਾਡੇ ਰੋੜੇ ਵੱਜਦੇ ਸੀ। ਫੌਜ ਦਾ ਦਰਦ ਵੀ ਇਹ ਸੀ ਵੀ ਜੇ ਅਸੀਂ ਸਖਤੀ ਨਾ ਕਰੀਏ ਤਾਂ ਸਾਡੇ ਰੋੜੇ ਵੱਜਦੇ ਸੀ। ਸਰਹੱਦ ਤੋਂ ਪੱਥਰਬਾਜ਼ਾਂ ਤੋਂ ਅੱਜ ਤੱਕ ਵੱਡੀ ਗਿਣਤੀ 'ਚ ਸਾਡੇ ਫੌਜੀ ਸ਼ਹੀਦ ਹੋਏ ਨੇ। ਸੋ ਨਰਿੰਦਰ ਮੋਦੀ ਦੇ ਇਸ ਫੈਸਲੇ ਤੋਂ ਬਾਅਦ, ਸ਼੍ਰੀਨਗਰ ਨੂੰ, ਕਸ਼ਮੀਰ ਨੂੰ ਯੂਟੀ 'ਚ ਲਿਆਉਣ ਤੋਂ ਬਾਅਦ ਇੱਕ ਗੱਲ ਦੀ ਸੰਭਾਵਨਾ ਤਾਂ ਵੱਧ ਗਈ ਹੈ ਕਿ ਫੌਜ ਦਾ ਦਖਲ ਵਧੇਗਾ ਔਰ ਕਸ਼ਮੀਰ ਦਾ ਸਿੱਧਾ ਕੰਟਰੋਲ ਕੇਂਦਰ ਸਰਕਾਰ ਅਤੇ ਗ੍ਰਹਿ ਮੰਤਰਾਲੇ ਦੇ ਹੱਥ ਹੋਏਗਾ, ਅਤੇ ਜੰਮੂ ਅਤੇ ਕਸ਼ਮੀਰ ਦੀ ਵਿਧਾਨ ਸਭਾ ਵੀ ਜਿਹੜੀ ਹੈ ਉਹ ਗ੍ਰਹਿ ਮੰਤਰਾਲੇ ਦੀ ਮਰਜ਼ੀ ਨਾਲ ਫੈਸਲੇ ਕਰ ਪਾਊਗੀ। ਸੋ ਦੇਖਿਆ ਜਾਵੇ ਤਾਂ ਤਕਨੀਕੀ ਤੌਰ 'ਤੇ ਨਰਿੰਦਰ ਮੋਦੀ ਨੇ ਇੱਕ ਵੱਡਾ ਫੈਸਲਾ ਕੀਤਾ ਔਰ ਨਰਿੰਦਰ ਮੋਦੀ ਦੇ ਇਸ ਫੈਸਲੇ ਦੇ ਦੂਰਗਾਮੀ ਅਸਰ ਨਜ਼ਰ ਆਉਣਗੇ। ਹਾਲਾਂਕਿ ਦੁਨੀਆ ਦੇ ਕੁਝ ਹਿੱਸਿਆਂ 'ਚ ਭਾਵੇਂ ਇਸ ਫੈਸਲੇ ਦਾ ਹਜੇ ਵਿਸ਼ਲੇਸ਼ਣ ਕੀਤਾ ਜਾ ਰਿਹਾ, ਪਰ ਮੰਨਿਆ ਜਾ ਰਿਹਾ ਆਮ ਲੋਕਾਂ ਵੱਲੋਂ ਕਿ ਇਹ ਫੈਸਲਾ ਚੰਗਾ। ਅੱਜ ਦੇ ਇਸੇ ਮਸਲੇ 'ਤੇ ਬਿਲਕੁਲ ਤਾਜ਼ੇ ਪੋਲੀਟੀਕਲ ਰਿਐਕਸ਼ਨ, ਉਸ ਤੋਂ ਬਾਅਦ ਇਸੇ ਮਸਲੇ 'ਤੇ ਪੰਜਾਬ ਦੀਆਂ ਵੱਖ ਵੱਖ ਪੋਲੀਟੀਕਲ ਧਿਰਾਂ ਨਾਲ ਗੱਲ ਕਰਾਂਗੇ ਕਿ ਪੰਜਾਬ ਦੀਆਂ ਰਾਜਨੀਤਿਕ ਪਾਰਟੀਆਂ ਕੀ ਸੋਚ ਰਹੀਆਂ ਨੇ ਅਤੇ ਪੰਜਾਬ 'ਚ ਕਸ਼ਮੀਰ ਦਾ ਯੂਟੀ ਬਣਨਾ ਪੰਜਾਬ ਨੂੰ ਕਿਵੇਂ ਪ੍ਰਭਾਵਿਤ ਕਰੂਗਾ, ਪੰਜਾਬ ਨੂੰ ਕਿੰਨਾ ਕੁ ਫਾਇਦਾ ਹੋਏਗਾ, ਅਤੇ ਕੀ ਪੰਜਾਬ ਦਾ ਉਦਯੋਗ ਜੰਮੂ ਕਸ਼ਮੀਰ ਜਾਏਗਾ, ਜੰਮੂ ਸਟੇਟ 'ਚ ਜਾਏਗਾ, ਕਸ਼ਮੀਰ 'ਚ ਜਾਏਗਾ, ਕਿਉਂਕਿ ਪਹਿਲਾਂ ਇਹ ਸਾਰੀਆਂ ਚੀਜ਼ਾਂ ਸੰਭਵ ਨਹੀਂ ਸੀ। ਰਿਐਕਸ਼ਨ ਤੋਂ ਬਾਅਦ ਗੱਲ ਅੱਗੇ ਵਧਾਉਂਦੇ ਹਾਂ। ਸ਼ਿਆਮਾ ਪ੍ਰਸ਼ਾਦ ਮੁਖਰਜੀ ਜੀ ਦਾ ਜਿਹੜਾ ਸੁਪਨਾ ਸੀ ਅੱਜ ਪੂਰਾ ਹੋਇਆ। ਅਮਿਤ ਸ਼ਾਹ ਜੀ ਨੇ ਹਿੰਦੁਸਤਾਨ ਦੀ ਸਦਨ ਦੇ ਅੰਦਰ ਜਿਹੜੇ ਪੰਜ ਵੱਡੇ ਫੈਸਲਿਆਂ ਦੀ ਘੋਸ਼ਣਾ ਕੀਤੀ ਹੈ, ਦੇਸ਼ ਗੌਰਵ ਦੇ ਵਿੱਚ ਝੂਮ ਰਿਹਾ, ਰਾਸ਼ਟਰਵਾਦ 'ਚ ਝੂਮ ਰਿਹਾ। ਆਜ ਹਮਾਰੇ ਪਾਸ ਸ਼ਬਦ ਕਮ ਹੈ, ਭਾਵ ਜ਼ਿਆਦਾ ਹੈ, ਜਿਸ ਪ੍ਰਕਾਰ ਸੇ ਦੇਸ਼ ਮੇਂ ਖੁਸ਼ੀਆਂ ਮਨ ਰਹੀ ਹੈ। ਐਜ਼ ਐਨ ਇੰਡੀਅਨ ਬੜਾ ਖੁਸ਼ ਹੂੰ ਕਿ ਸਾਰੇ ਸਟੇਟਸ ਜੈਸੇ ਹੈ ਵੈਸੇ ਯੇ ਵੀ ਹੈ। ਬਾਕੀ ਆਪ ਜ਼ਮੀਨ ਖਰੀਦਨੇ ਕੀ ਔਰ ਵਹਾਂ ਪੇ ਸਟੇਟ ਸਬਜੈਕਟ ਬਨਨਾ, ਉਹ ਤੋ ਫਿਰ ਹਿਮਾਚਲ ਮੇਂ ਵੀ ਨਹੀਂ ਖਰੀਦ ਪਾ ਰਹੇ ਨਾ, ਆਪ ਨੌਰਥ ਈਸਟ ਮੇਂ ਵੀ ਨਹੀਂ ਖਰੀਦ ਪਾ ਰਹੇ। ਮੈਂ ਇਸ ਨਿਰਣੈ ਕਾ ਸਵਾਗਤ ਕਰਤਾ ਹੂੰ। ਧਾਰਾ 370 ਜੋ ਹੈ ਇੱਕ ਬਹੁਤ ਬੜੀ ਵਾਅਦਾ ਥੀ, ਇੱਕ ਸੰਬੰਧ, ਅੱਛਾ ਸੰਬੰਧ, ਮਜ਼ਬੂਤ ਸੰਬੰਧ
केंद्र और राज्य का होना चाहिए। उसमें धारा 370 जम्मू कश्मीर के संदर्भ में एक बहुत बड़ी वादा थी। मुझे हैरत यह है कि भाई कश्मीर जो है उसके बारे में हम ये कहते हैं कि भारत का हिस्सा है और कश्मीर को यूनिट टेरिटरी बनाना बिल्कुल गलत है। और वहाँ पर मेरा मानना है कि मेन स्ट्रीम के जो लोग हैं वहाँ जाकर अपना व्यापार करेंगे, वहाँ के भारत का आवाम जाकर व्यापार करेगा, जिसके अंदर से वहाँ खुशहाली आएगी। देखिए बात यह है कि पार्लियामेंट के पास पूरे अधिकार हैं अपने कॉन्स्टिट्यूशन अमेंडमेंट करने के लिए, लेकिन इसमें तो पार्लियामेंट के पास गया ही नहीं, ये तो ऐसे ही पास करके ऐसे ही गवर्नमेंट की रिपोर्ट लेके इसको लागू कर दिया। अपोजिशन को नहीं आपने सुना, कश्मीर के लोगों को नहीं सुना और ऐसे जाके कर दी है। सो ये अनप्रेसिडेंटेड है, ये हमारे कॉन्स्टिट्यूशन के खिलाफ है। सो तुसी वख-वख पॉलिटिकल रिएक्शन सुने, आम लोगों का समर्थन, ਵੱਡੀ ਗਿਣਤੀ 'ਚ ਪੋਲੀਟੀਕਲ ਪਾਰਟੀਆਂ ਦਾ ਵੀ ਸਮਰਥਨ, ਕੁਝ ਪਾਰਟੀਆਂ ਦਾ ਵਿਰੋਧ। ਇਹਨਾਂ ਸਾਰੇ ਮਸਲਿਆਂ 'ਤੇ ਗੱਲ ਕਰਾਂਗੇ। ਸੁਖਪਾਲ ਖਹਿਰਾ ਦੀ ਪਾਰਟੀ, ਪੰਜਾਬ ਏਕਤਾ ਪਾਰਟੀ ਦੇ ਨੁਮਾਇੰਦੇ ਮੌਜੂਦ ਨੇ। ਸੁਖਪਾਲ ਖਹਿਰਾ ਨੇ ਵਿਰੋਧ ਕਰਤਾ, ਕਹਿੰਦਾ ਗਲਤ ਹੋ ਗਿਆ। ਸ਼੍ਰੋਮਣੀ ਅਕਾਲੀ ਦਲ ਦੇ ਆਗੂ ਨੇ ਸਾਡੇ ਨਾਲ, ਅਕਾਲੀ ਦਲ ਕਿਉਂਕਿ ਬੀਬੀ ਹਰਸਿਮਰਤ ਕੌਰ ਬਾਦਲ ਮੰਤਰੀ ਮੰਡਲ ਦੀ ਉਸ ਬੈਠਕ 'ਚ ਮੌਜੂਦ ਸੀ ਜਿਹ 'ਚ ਫੈਸਲੇ ਕੀਤੇ ਗਏ, ਅਕਾਲੀ ਦਲ ਵੱਲੋਂ ਸਵਾਗਤ ਹੈ। ਵਰੁਣ ਮਹਿਤਾ ਜੀ ਕਾਂਗਰਸ ਪਾਰਟੀ ਨਾਲ ਸੰਬੰਧਿਤ ਨੇ, ਮਨੀਸ਼ ਤਿਵਾੜੀ ਸਾਹਿਬ ਦੇ ਗਰੁੱਪ ਦੇ ਆਗੂ ਨੇ, ਗੁੱਟ ਦੇ ਆਗੂ ਨੇ, ਔਰ ਸਾਡੇ ਨਾਲ ਮੌਜੂਦ ਨੇ ਰਵਿੰਦਰਪਾਲ ਸਿੰਘ ਪਾਲੀ ਸਾਹਿਬ, ਆਮ ਆਦਮੀ ਪਾਰਟੀ। ਆਮ ਆਦਮੀ ਪਾਰਟੀ ਦੇ ਕੇਜਰੀਵਾਲ ਨੇ ਵੀ ਇਸ ਫੈਸਲੇ ਦਾ ਸਵਾਗਤ ਕੀਤਾ। ਸੋ ਚਾਰ ਪਾਰਟੀਆਂ ਸਾਡੇ ਨਾਲ ਧਿਰਾਂ ਬੈਠੀਆਂ ਨੇ, ਖਹਿਰਾ ਵਿਰੋਧੀ ਹੈ ਅਤੇ ਕਾਂਗਰਸ ਵਿਰੋਧੀ ਹੈ। ਖਹਿਰਾ ਅਤੇ ਕੈਪਟਨ ਦੋਨਾਂ ਨੇ ਵਿਰੋਧ ਕੀਤਾ, ਆਮ ਆਦਮੀ ਪਾਰਟੀ ਨੇ ਸਪੋਰਟ ਕੀਤਾ, ਅਕਾਲੀ ਦਲ ਨੇ ਸਪੋਰਟ ਕੀਤਾ। ਸੋ ਪੰਜਾਬ 'ਚ ਮੁੱਖ ਪਾਰਟੀਆਂ ਨੇ, ਲੋਕ ਇਨਸਾਫ਼ ਪਾਰਟੀ ਦਾ ਰੁੱਖ ਸਪੱਸ਼ਟ ਨਹੀਂ ਹੈ, ਪਰ ਉਹਨਾਂ ਨੇ ਵੀ ਹਾਲੇ ਵਿਰੋਧ ਕੀਤਾ, ਉਹਨਾਂ ਦਾ ਨੁਮਾਇੰਦਾ ਕੋਈ ਸਾਡੇ ਨਾਲ ਮੌਜੂਦ ਨਹੀਂ। ਸਭ ਤੋਂ ਪਹਿਲੀ ਟਿੱਪਣੀ, ਧਵਨ ਸਾਹਿਬ ਤੁਸੀਂ ਇਸ ਫੈਸਲੇ ਨੂੰ ਕਿਵੇਂ ਵੇਖਦੇ ਹੋ? ਕਾਂਗਰਸ ਵੱਲੋਂ ਦੱਬ ਕੇ ਵਿਰੋਧ ਹੋ ਰਿਹਾ ਔਰ ਅਕਾਲੀ ਦਲ ਸਮਰਥਨ 'ਚ ਹੈ, ਤੁਸੀਂ ਇਸ ਫੈਸਲੇ ਨੂੰ ਕਿਵੇਂ ਦੇਖਦੇ ਹੋ ਨਰਿੰਦਰ ਮੋਦੀ ਦੇ? ਦਾਦਾ ਸਾਹਿਬ, ਇੱਕ ਬਹੁਤ ਦਲੇਰੀ ਵਾਲਾ ਫੈਸਲਾ ਲਿੱਤਾ ਗਿਆ। ਅੱਜ ਤੱਕ ਕਾਂਗਰਸ ਕਈ ਵਾਰ ਮੈਜੋਰਟੀ ਦੇ ਵਿੱਚ ਆਈ ਆ, ਪਰ ਉਹ ਇੱਕ ਇੰਟਰਨੈਸ਼ਨਲ ਪ੍ਰੈਸ਼ਰ ਔਰ ਪੋਲੀਟੀਕਲ ਪ੍ਰੈਸ਼ਰ, ਆਪਣੀ ਪਾਰਟੀ ਦਾ ਪ੍ਰੈਸ਼ਰ ਦੇਖਦੇ ਹੋਏ ਇਹੋ ਜਿਹਾ ਫੈਸਲਾ ਨਹੀਂ ਲੈ ਸਕੀ ਸੀ। ਮੋਦੀ ਸਾਹਿਬ ਨੇ ਉਂਝ ਵੈਸੇ ਨਾਮ ਹੀ ਕਲੋਨੀ ਦਾ ਬਦਲਿਆ, ਕਸ਼ਮੀਰੀਆਂ ਨੂੰ ਇਹ ਦਿੱਤਾ ਗਿਆ ਸੀ ਕਿ ਤੁਸੀਂ ਆਪਣਾ ਮਨ ਹੌਲੀ ਹੌਲੀ ਬਦਲ ਕੇ ਹਿੰਦੁਸਤਾਨ ਦੀ, ਜਿਹੜਾ ਪ੍ਰੈਜ਼ੀਡੈਂਟ ਨੇ ਆਰਡੀਨੈਂਸ ਉਸ ਵੇਲੇ ਕਰਕੇ ਕੀਤਾ ਸੀ, ਹੌਲੀ ਹੌਲੀ ਤੁਸੀਂ ਸਾਡੇ ਨਾਲ ਸਮਝ ਬੂਝ ਬਣਾ ਲਓ, ਸਮਝ ਬੂਝ ਬਣ ਲਓ, ਕਿਉਂਕਿ ਕੁੜੀ ਵੀ ਸਹੁਰੇ ਗਈ ਆਪਣਾ ਦਿਲ ਹੌਲੀ ਹੌਲੀ ਲਾ ਲੈਂਦੀ। ਪਰ ਬਦਕਿਸਮਤੀ ਸਾਡੇ ਹਿੰਦੁਸਤਾਨ ਦੀ ਇਹ ਰਹੀ ਕਿ ਜਿਹੜੀ ਉੱਥੇ ਦੀ ਪੋਲੀਟੀਕਲ ਪਾਰਟੀਆਂ ਸੀਗੀਆਂ ਉਹ 370 ਨੂੰ ਆਪਣੇ ਹਿਸਾਬ ਨਾਲ ਲੈਂਦੀਆਂ ਸੀ ਔਰ ਉਹਨੂੰ ਸੈਂਟਰ ਦੇ ਉੱਤੇ ਪ੍ਰੈਸ਼ਰ ਪਾਉਂਦੀਆਂ ਸੀ ਕਿ ਅਸੀਂ ਕੱਲ੍ਹ ਨੂੰ ਦੂਜੇ ਪਾਸੇ ਨਾਲ ਚਲੇ ਜਾਈਏ, ਸਾਡੀ ਅਫੀਲੀਏਸ਼ਨ ਪਾਕਿਸਤਾਨ ਨਾਲ ਨਾ ਹੋ ਜਾਏ, ਹਿੰਦੁਸਤਾਨ ਦੀ ਸਰਕਾਰਾਂ ਨੂੰ ਇਹ ਡਰਾ ਕੇ ਔਰ ਉਹਨੂੰ ਮਿਸਲੀਡ ਕਰਦੀਆਂ ਸੀ। ਅੱਜ ਤੁਸੀਂ ਇਹ ਦੇਖੋ, ਜਿਸ ਵੇਲੇ ਉਹ ਪਾਰਲੀਮੈਂਟ ਜਿੱਤ ਕੇ ਆਉਂਦੇ ਸੀ ਉਹ ਹਿੰਦੁਸਤਾਨ ਦੇ ਪਾਰਲੀਮੈਂਟ 'ਚ ਬਹਿੰਦੇ ਸੀ, ਗੁਲਾਮ ਨਬੀ ਆਜ਼ਾਦ ਜਿਹੜੇ ਕਾਂਗਰਸੀ ਅੱਜ ਮੁਖਾਲਫਤ ਕਰਦੇ ਆ ਉਹ ਕਿਆ ਬੰਬੇ ਤੋਂ ਰਾਜ ਸਭਾ 'ਚ ਮੈਂਬਰ ਬਣ ਕੇ ਨਹੀਂ ਆਏ, ਹਿੰਦੁਸਤਾਨ ਦੀ ਹਕੂਮਤ ਦੇ ਵਿੱਚ ਮੰਤਰੀ ਨਹੀਂ ਬਣੇ? ਉੱਦਾਂ ਤਾਂ ਹਕੂਮਤਾਂ ਹਿੰਦੁਸਤਾਨ 'ਤੇ ਕਰ ਰਹੀਆਂ। ਫਿਰ ਜੰਮੂ ਕਸ਼ਮੀਰ ਨੂੰ ਅਲੱਗ ਕਿਉਂ ਕਹਿੰਦੇ ਸੀ? ਬਿਲਕੁਲ ਠੀਕ ਹੈ, ਝੰਡਾ ਵੀ ਵੱਖਰਾ ਸੀ, ਝੰਡਾ ਵੱਖਰਾ ਤਾਂ ਨਹੀਂ ਹੋਣਾ ਚਾਹੀਦਾ ਜਾਂ ਤੁਸੀਂ ਉੱਥੇ ਦੇ ਰਹਿਣ ਵਾਲੇ, ਝੰਡਾ ਇੱਕ ਮੁਲਕ ਤੇ ਝੰਡਾ ਹੀ ਚੰਡਾ, ਕੱਲ੍ਹ ਬੰਬੇ 'ਚ ਰਾਜ ਸਭਾ ਦੀ ਸੀਟ ਕਿੱਦਾਂ ਲੈ ਲਈ ਔਰ ਹਿੰਦੁਸਤਾਨ ਦੇ ਉੱਤੇ ਤੁਸੀਂ ਐਜ਼ ਅ ਮਿਨਿਸਟਰ ਬਣ ਕੇ ਰਾਜ ਕਰਦੇ ਰਹੇ ਹੋ? ਇਹ ਡਬਲ ਪਾਲਿਸੀ ਨਾਲ ਜਿਹੜੇ ਜੇ ਐਂਡ ਕੇ ਦੇ ਲੀਡਰ ਚੱਲਦੇ ਸੀ ਔਰ ਪਬਲਿਕ ਨੂੰ ਉੱਥੇ ਮਿਸਲੀਡ ਕਰਦੇ ਸੀ।
ਆਪਣੇ ਹਿਸਾਬ ਨਾਲ ਇਹ ਫੈਸਲਾ ਦੱਸੋ, ਇਸ ਫੈਸਲੇ ਦਾ ਕੀ ਫਾਇਦਾ ਹੋਊਗਾ, ਮੁਲਕ ਨੂੰ ਕੀ ਫਾਇਦਾ ਹੋਊਗਾ? ਮੈਂ ਦੱਸਦਾ ਬੀਜੇਪੀ ਨੂੰ, ਨਰਿੰਦਰ ਮੋਦੀ ਦੇ ਕੱਦ ਨੂੰ, ਇਹਦੇ ਨਾਲ ਨਰਿੰਦਰ ਮੋਦੀ ਦਾ ਕੱਦ ਵੱਡਾ ਹੋਇਆ ਜਾਂ ਵਿਰੋਧੀ ਪਾਰਟੀਆਂ ਉਵੇਂ ਨਿੰਦਰ ਹੋਈਆਂ? ਅੱਜ ਦੀ ਤਰੀਕ 'ਚ ਇਹ ਕਿਸੇ ਨੇ ਸੋਚਿਆ ਵੀ ਨਹੀਂ ਹੋਊਗਾ ਕਿ ਮੋਦੀ ਸਾਹਿਬ ਇਹੋ ਜਿਹਾ ਵਧੀਆ ਫੈਸਲਾ ਲੈ ਸਕਦੇ ਆ ਜੀ, ਕਿਉਂਕਿ ਜਿਸ ਵੇਲੇ ਫੈਸਲਾ ਲਿੱਤਾ, ਜਿਸ ਵੇਲੇ ਅਮਿਤ ਸ਼ਾਹ ਹੋਣੀ, ਪਰ 3 ਦਿਨ ਪਹਿਲਾਂ ਆਫ ਦੀ ਰਿਕਾਰਡ ਆਪਾਂ ਗੱਲ ਕਰਦੇ ਸੀ, ਤੁਸੀਂ ਮੈਨੂੰ ਦੱਸਿਆ ਸੀ ਕਿ ਇਹੀ ਫੈਸਲਾ ਹੋ ਸਕਦਾ, ਨਹੀਂ ਐਕਸਪੈਕਟਿਡ ਸੀ ਕਿ ਦੇਖੋ ਜਿਹੜੀ ਇਕਦਮ ਕਿਉਂਕਿ ਇੰਨੀ ਫੋਰਸ ਉੱਥੇ ਭੇਜੀ ਆ, ਅਮਰਨਾਥ ਯਾਤਰਾ ਬੰਦ ਕਰਤੀ ਹੈ, ਪਹਿਲੀ ਵਾਰ ਹੋਇਆ ਹਿਸਟਰੀ ਦੇ ਵਿੱਚ, ਔਰ ਜਿਹੜੇ ਸੈਲਾਨੀ ਸੀ ਉਹਨਾਂ ਨੂੰ ਉੱਥੋਂ ਬਾਹਰ ਕੱਢ ਲਿਆ, ਤਾਂ ਕੁਛ ਨਾ ਕੁਛ ਹੋਊਗਾ, ਇੱਕ ਨਜ਼ਰ ਆਉਂਦਾ ਸੀ ਉਹਦੇ 'ਚ ਕਿਆਫੇ ਲੱਗਦੇ ਸੀ, ਉਹ ਕਿਆਫਾ ਇੱਕ ਮੈਂ ਵੀ ਆ ਤੁਹਾਡੇ ਨਾਲ ਡਿਸਕਸ ਕਰ ਰਿਹਾ ਸੀ ਕਿ ਲੱਦਾਖ ਦਾ ਜਿਹੜਾ ਉੱਥੇ ਦੀ ਖੇਤਰ ਟੋਪੋਗ੍ਰਾਫੀ ਆ ਉਹ ਕਸ਼ਮੀਰ ਨਾਲ ਨਹੀਂ ਮਿਲਦੀ ਜੀ, ਨਾ ਉੱਥੇ ਦੇ ਲੋਕਾਂ ਦਾ ਰਹਿਣ ਸਹਿਣ ਨਾ ਹੋ, ਇਸ ਕਰਕੇ ਉਦੋਂ ਲੱਗਦਾ ਸੀ ਕਿ ਯੂਟੀ ਜਿਹੜੀ ਹੈ ਨਾ ਉਹਨੂੰ ਜ਼ਰੂਰ ਬਣਾ ਦਿੱਤਾ ਜਾਊਗਾ ਲੱਦਾਖ ਨੂੰ, ਔਰ ਅਲੱਗ ਇੱਕ ਸਟੇਟ ਸਟੇਟ ਬਣ ਜੂਗੀ। ਜੇ ਐਂਡ ਕੇ ਨੂੰ ਯੂਟੀ ਬਣਨ ਦੇ ਵਿੱਚ ਉਦੋਂ ਇਹ ਨਹੀਂ ਲੱਗਦਾ ਸੀ ਕਿ, ਪਰ ਜਿਹੜੀ ਇਹ ਬਿੱਲ ਲਿਖਾਈ ਆ ਇੱਕ ਬਹੁਤ ਵੱਡੀ ਗੱਲ ਆ, ਅੱਜ ਉੱਥੇ ਦੀ ਪਬਲਿਕ ਨੂੰ ਇਹ ਗਾਈਡ ਕਰਨ ਦੀ ਜ਼ਰੂਰਤ ਆ ਕਿ ਤੁਹਾਡਾ ਵਿਕਾਸ ਜ਼ਿਆਦਾ ਹੋਊਗਾ ਜਿੱਦਾਂ ਬਾਕੀ ਹਿੰਦੁਸਤਾਨ ਦੀਆਂ ਸਟੇਟਾਂ ਦਾ ਵਿਕਾਸ ਹੋਇਆ, ਉਸੇ ਤਰ੍ਹਾਂ ਜੀ ਐਂਡ ਕੇ ਦਾ ਵੀ ਵਿਕਾਸ ਜ਼ਿਆਦਾ ਹੋਊਗਾ। ਹਾਂਜੀ, ਕਾਂਗਰਸ ਦੇ ਆਗੂ ਨੇ ਜੀ ਕੀ ਕਹਿਣਾ ਚਾਹੋਗੇ? ਵਰੁਣ ਮਹਿਤਾ ਜੀ, ਡੱਲਾ ਜੀ, ਮੈਂ ਪਹਿਲਾਂ ਆਪਣਾ ਨਿੱਜੀ ਵਿਚਾਰ ਦੱਸਣਾ ਚਾਹੁੰਦਾ ਕਿ ਬੜਾ ਅੱਛਾ ਚੰਗਾ ਸਾਹਸਿਕ ਕਦਮ ਹੈ ਜੇ ਐਜ਼ ਏ ਇੰਡੀਅਨ ਆਪਾਂ ਦੇਖੀਏ ਉਸ, ਬਿਲਕੁਲ, ਮਤਲਬ ਪੋਲੀਟੀਕਲ ਪਾਰਟੀ ਇੰਡੀਅਨ ਦੇ ਤੌਰ ਤੇ ਨਹੀਂ ਦੇਖ ਰਹੀ, ਨਹੀਂ ਮੈਂ ਤੁਹਾਨੂੰ ਇਸ ਦੇਖੋ ਕਿਤੇ ਨਾ ਕਿਤੇ ਇਹ ਨਹੀਂ ਹੈ, ਕਾਂਗਰਸ ਪਾਰਟੀ ਸ਼ਹੀਦਾਂ ਦੀ ਪਾਰਟੀ ਹੈ, ਭਾਵੇਂ ਸੁਤੰਤਰ ਸੰਗਰਾਮ ਹੈ, ਭਾਵੇਂ ਅੱਤਵਾਦ ਦੇ ਖਿਲਾਫ ਹੈ, ਬੜੀਆਂ ਸ਼ਹਾਦਤਾਂ ਦਿੱਤੀਆਂ ਵਾ। ਠੀਕ ਹੈ ਕਿ ਅੱਜ ਗੁਲਾਮ ਨਬੀ ਆਜ਼ਾਦ ਜੀ ਨੇ ਪਤਾ ਨਹੀਂ ਕਿਉਂ ਸਟੈਂਡ ਦਿੱਤਾ, ਲੇਕਿਨ ਬੜੇ ਸਿੱਧੇ ਤੌਰ ਤੇ ਕਿ ਇਕਨੋਮਿਕਲੀ ਵੀ ਦੇਖੀਏ ਜਾਂ ਮੈਨਚੈਸਟਰ ਦੇ ਤੌਰ ਤੇ ਵੀ ਤੁਸੀਂ ਉਸ ਨੂੰ ਜੇ ਲਗਾਓ ਤੇ ਹਿੰਦੁਸਤਾਨ ਦਾ ਜੇ ਦਿਲ ਕਿਹਾ ਜਾਂਦਾ ਤੇ ਕਸ਼ਮੀਰ ਨੂੰ ਕਿਹਾ ਜਾਂਦਾ, ਪਰ ਨਹੀਂ ਦਿਲ ਪੰਜਾਬ ਨੂੰ ਕਹਿੰਦੇ ਆ, ਮੇਰੀ ਗੱਲ ਠੀਕ ਹੈ, ਕਸ਼ਮੀਰ ਨੂੰ ਕੁਛ ਵੀ ਕਹਿ ਲਓ, ਅੱਖ ਨੱਕ ਕੰਨ, ਨਹੀਂ ਉਹ ਦਿਲ ਸਾਡੇ ਤੋਂ ਫੇਰ ਇੱਕ ਅਲੱਗ ਗਿਣਿਆ ਜਾਂਦਾ ਸੀ ਕਿਸੇ ਨਾ ਕਿਸੇ ਤਰ੍ਹਾਂ, ਤੇ ਉਹ ਲੋਕੀ ਵੱਖਰੀ ਪਹਿਚਾਣ ਦੇ ਤੌਰ ਤੇ ਜਦੋਂ ਕਹਿੰਦੇ ਸੀਗੇ। ਅੱਜ ਸਰਕਾਰਾਂ ਨੇ ਬੜੀ ਵਾਰੀ ਕਦਮ ਚੱਕਣ ਦੀ ਕੋਸ਼ਿਸ਼ ਕੀਤੀ, ਇਹ ਨਹੀਂ ਗੱਲ ਕਿ ਆਪਾਂ ਕਹੀਏ ਵੀ ਕਾਂਗਰਸ ਕਦੇ ਨਹੀਂ ਕਰਨਾ ਚਾਹੁੰਦੀ ਸੀ, ਠੀਕ ਹੈ, ਕਾਂਗਰਸ ਨੇ ਹਮੇਸ਼ਾ ਹੀ ਕਿਹਾ ਵੀ ਅੱਤਵਾਦ ਦੀ ਵਿਰੋਧਤਾ ਹੋਵੇ ਤੇ ਲੋਕਾਂ ਨੂੰ ਉਹਨਾਂ ਦੇ ਹੱਕ ਮਿਲਣ, ਔਰ ਕਾਂਗਰਸ ਜਿਹੜੀ ਕਾਰਵਾਈ ਕੀਤੀ ਗਈ ਹੈ ਉਹਦੀ ਵਿਰੋਧੀ ਹੈ ਮੂਲ ਰੂਪ, ਇਹ ਕਹਿ ਲਈਏ। ਕਾਂਗਰਸ ਕਹਿੰਦੀ ਐ ਨਹੀਂ ਸੀ ਹੋਣਾ ਚਾਹੀਦਾ, ਕਿਸੇ ਨਾਲ ਗੱਲ ਨਹੀਂ ਕੀਤੀ ਗਈ, ਕਿਸੇ ਨੂੰ ਕੌਨਫੀਡੈਂਸ ਨਹੀਂ ਲਿਆ ਗਿਆ। ਲੱਲਾ ਜੀ ਬਿਲਕੁਲ, ਇੱਕ ਇੱਕ ਚੀਜ਼ ਦੇਖੋ, ਕਿਹੜੇ ਐਕਸ਼ਨ ਦੇ ਉੱਤੇ ਆ ਜਿੱਥੇ ਕਾਂਗਰਸ ਨੇ ਇਹਨਾਂ ਦਾ ਸਾਥ ਨਾ ਦਿੱਤਾ ਹੋਵੇ। ਜੇ ਵਾਜਪੇਈ ਦੇ ਟਾਈਮ ਜੀ ਦੇ ਪਰਮਾਨੂ ਦੀ ਗੱਲ ਕਰੀਏ, ਇਹ ਕਹਿੰਦੇ ਜੀ ਇੰਨਾ ਕੁਝ ਹੋ ਗਿਆ, ਉਹਦਾ ਵੀ ਤੁਸੀਂ ਯਾਦ ਕਰ ਲਓ, ਉਹਦਾ ਵੀ ਸਰਕਾਰ ਨੇ ਇਹੀ ਕਿਹਾ ਸੀ, ਕਾਂਗਰਸ ਪਾਰਟੀ ਦੀ ਲੀਡਰਸ਼ਿਪ ਨੇ ਗੱਲ ਕਹੀ ਸੀ ਵੀ ਸਰਕਾਰ ਦੇਸ਼ ਹਿੱਤ ਜਿਹੜਾ ਕਦਮ ਚੱਕਦੀ ਹੈ ਅਸੀਂ ਉਹਦੀ ਸਪੋਰਟ ਕਰਦੇ ਹਾਂ, ਬਸ਼ਰਤੇ ਤੁਸੀਂ ਇੱਕ ਵਾਰੀ ਸਾਰਿਆਂ ਨੂੰ। ਕੈਪਟਨ ਅਮਰਿੰਦਰ ਨੇ ਵਿਰੋਧ ਕਰਤਾ, ਉਹ ਕਹਿੰਦੇ ਸੰਵਿਧਾਨ ਦੀਆਂ ਧੱਜੀਆਂ ਉਡਾਤੀਆਂ, ਕੈਪਟਨ ਅਮਰਿੰਦਰ ਕਹਿੰਦਾ ਪਹਿਲਾਂ ਪੰਜਾਬ 'ਚ ਕਿਸੇ ਨੇ ਜਸ਼ਨ ਨਹੀਂ ਮਨਾਉਣਾ, ਰੋਕ ਲਾ ਦੀ ਜਸ਼ਨ ਮਨਾਉਣ ਤੇ ਰੈਲੀਆਂ ਪ੍ਰਦਰਸ਼ਨ ਕਰਨ ਦੇ। ਡੱਲਾ ਜੀ ਦੇਖੋ, ਇਹ ਪਤਾ ਇੱਕ ਗੱਲ ਦੇਖੋ, ਜਿੱਥੇ ਤੱਕ ਰੈਲੀਆਂ ਪ੍ਰਦਰਸ਼ਨ ਦੀ ਗੱਲ ਆ, ਆਪਾਂ ਨਹੀਂ, ਕੈਪਟਨ ਅਮਰਿੰਦਰ ਨੇ ਵਿਰੋਧ ਕੀਤਾ, ਇਹਨੂੰ ਕੀ ਕਹਿਣਾ ਚਾਹੋਗੇ? ਸਿੱਧੂ ਦੀ ਜੱਫੀ ਦੇ ਵੀ ਉਹਨੂੰ ਇਤਰਾਜ਼ ਸੀ, ਤੇ ਹੁਣ ਜੇ ਯੂਟੀ ਬਣਾਈ ਹੈ ਕਸ਼ਮੀਰ ਦੀ ਤਾਂ ਮੋਦੀ ਦੇ ਵੀ ਇਤਰਾਜ਼ ਹੈ, ਕੈਪਟਨ ਨੂੰ ਸਿੱਧੂ ਵੀ ਨਹੀਂ ਪਸੰਦ, ਮੋਦੀ ਵੀ ਨਹੀਂ ਪਸੰਦ, ਡਬਲ ਸਟੈਂਡਰਡ ਕਿਸੇ ਵੀ ਚੀਜ਼ ਤੇ ਗਲਤ ਹੈ। ਲੇਕਿਨ ਜੇ ਜਸ਼ਨਾਂ ਦੀ ਗੱਲ ਕਰੀਏ, ਅਸੀਂ ਲੋਕ ਕਿਉਂ ਭੁੱਲ ਜਾਂਦੇ ਹਾਂ, ਦੇਖੋ ਕਿਤੇ ਨਾ ਕਿਤੇ ਹੁਣੇ ਜਿਵੇਂ ਧਵਨ ਸਾਹਿਬ ਨੇ ਕਿਹਾ, ਉੱਥੇ ਦੇ ਲੋਕਾਂ ਨੂੰ ਵਿਸ਼ਵਾਸ 'ਚ ਲੈਣਾ ਇੱਕ ਵਾਰੀ ਬਹੁਤ ਜ਼ਰੂਰੀ ਹੈ ਕਿ ਧਾਰਾ 370 ਜੇ ਤੋੜੀ ਗਈ ਹੈ ਤੇ ਤੁਹਾਨੂੰ ਇੱਕ ਬੰਦ ਦਾ ਹੱਕ ਅਸੀਂ ਦੇਵਾਂਗੇ, ਇਹ ਨਾ ਲੱਗੇ ਨਹੀਂ ਦਿੰਦਾ ਰਿਹਾ। ਦੇਖੋ ਭਾਰਤੀ ਫੌਜ ਜੰਮੂ
ਜੰਮੂ ਕਸ਼ਮੀਰ ਚ ਜਦੋਂ ਹੜ੍ਹ ਆਏ ਨੇ, ਭਾਰਤੀ ਫੌਜ ਨੇ ਬਚਾਏ ਬੱਚੇ, ਸਕੂਲਾਂ ਚੋਂ ਬਚਾਏ ਬੱਚੇ। ਲਾਸਟ ਵੀਕ ਤੁਸੀਂ ਦੇਖ ਲਓ ਜਦੋਂ ਬਾਰਿਸ਼ ਦਾ ਮਾਹੌਲ ਸੀਗਾ ਸ਼੍ਰੀਨਗਰ ਦੇ ਕਈ ਖੇਤਰਾਂ ਦੇ ਵਿੱਚ ਜਿੱਥੇ ਪਾਣੀ ਲਬੋ ਲਬ ਹੋ ਰਿਹਾ ਸੀ, ਉੱਥੇ ਆਰਮੀ ਲੋਕਾਂ ਨੂੰ ਘਰਾਂ ਚੋਂ ਕੱਢ ਰਹੀ ਸੀ। ਅੱਜ ਮੈਂ ਉਹੀ ਗੱਲ ਕਹਿੰਦਾ ਕਿ ਪੰਜਾਬ ਦੇ ਅੰਦਰ ਵੀ ਜੇ ਦੇਖੋ ਬਹੁਤ ਹੱਦ ਤੱਕ ਕਸ਼ਮੀਰੀ ਸਟੂਡੈਂਟ ਜਾਂ ਬਾਕੀ ਲੋਕ ਹੈਗੇ ਨੇ, ਕੁਛ ਐਸੇ ਨੇ ਕਈ ਸੈਂਟਰ ਆਪਾਂ ਦੇਖਿਆ ਜੇ ਪਿਛਲੇ ਕੁਛ ਪੰਜਾਬ 'ਚ ਵੀ ਲਗਭਗ 800 ਬੱਚੇ ਕਸ਼ਮੀਰ ਤੋਂ ਇੱਥੇ ਪੜ੍ਹਦੇ ਆ, ਜਿਹੜੇ ਪੰਜਾਬ ਵਾਲੇ ਪੂਰੇ ਮੁਲਕ ਦੇ ਹਿੰਦੁਸਤਾਨ ਦੇ ਲੋਕ ਬਹੁਤ ਵੱਡੀ ਗਿਣਤੀ 'ਚ ਕਸ਼ਮੀਰ ਦੀਆਂ ਯੂਨੀਵਰਸਿਟੀਆਂ ਪੜ੍ਹਦੇ ਆ। ਕਈ ਕਈ ਲੋਕ ਜਿਹੜੇ ਪੜ੍ਹਨ ਨੂੰ ਵੀ ਆ, ਦੇਖੋ ਕਈ ਸਟੂਡੈਂਟ ਮੈਂ ਸਾਰਿਆਂ ਤੇ ਨਹੀਂ ਉਹ ਕੁਐਸਚਨ ਮਾਰਕ ਕਰ ਰਿਹਾ, ਚਲੋ ਸਾਰੇ ਦਾ ਤਾਂ, ਪਰ ਕੁਝ ਬੱਚੇ ਫੜੇ ਵੀ ਗਏ ਆ, ਉਹ ਮਾੜੇ ਤਾਂ ਪੰਜਾਬੀ ਵੀ ਫੜੇ ਜਾਂਦੇ ਆ ਨਾ, ਮਾੜੇ ਤਾਂ ਪੰਜਾਬੀ ਵੀ ਫੜੇ ਜਾਂਦੇ, ਮਾੜੇ ਤਾਂ ਸਾਰੇ। ਅੱਜ ਇਸੇ ਲਈ ਹੈ ਕਿ ਕਿਤੇ ਇਹ ਨਾ ਹੋਵੇ ਕਿ ਸਾਡੇ ਸੈਂਟੀਮੈਂਟਸ ਕੁਝ ਲੋਕ ਕੁਝ ਨੌਜਵਾਨ ਆਗੂ ਐਸਾ ਕਰ ਜਾਣ ਕਿ ਕਸ਼ਮੀਰੀ ਜਿਹੜੇ ਸਟੂਡੈਂਟ ਸਹੀ ਮਾਇਨੇ ਚ ਪੜ੍ਹਨ ਆਏ ਆ ਉਹਨਾਂ ਨਾਲ ਕਿਤੇ ਤਕਰਾਰ ਵਾਲੀ, ਨਹੀਂ ਉਹ ਤਾਂ ਕੈਪਟਨ ਨੇ ਸਿਕਿਉਰਿਟੀ ਦਾ ਇੰਤਜ਼ਾਮ ਕੀਤਾ। ਹਾਂਜੀ, ਆਮ ਆਦਮੀ ਪਾਰਟੀ ਨੇ ਸਪੋਰਟ ਕਰਤੀ ਜੀ, ਕੇਜਰੀਵਾਲ ਨੇ ਵੀ ਸਪੋਰਟ ਕਰਤੀ, ਇਹਦੇ ਤੇ ਕੀ ਟਿੱਪਣੀ ਆ ਤੁਹਾਡੀ? ਡੱਲਾ ਸਾਹਿਬ, ਗੱਲ ਇਹ ਹੈ ਵੀ ਜਿਹੜੀ ਵੀ ਪਾਰਟੀ ਹਿੰਦੁਸਤਾਨ ਦੀ ਪੋਲੀਟੀਕਲ ਪਾਰਟੀ ਕੋਈ ਵੀ ਹੈ, ਜਿਹੜੀ ਦੇਸ਼ ਅਤੇ ਦੇਸ਼ ਦੀ ਏਕਤਾ ਅਤੇ ਅਖੰਡਤਾ ਵਾਸਤੇ ਕੋਈ ਵੀ ਕੰਮ ਕਰਦੀ ਹੈ, ਆਮ ਆਦਮੀ ਪਾਰਟੀ ਉਹਦਾ ਪੂਰਾ ਉਹਦਾ ਨਾਲ ਸਮਰਥਨ ਕਰਦੀ ਹੈ ਜੀ। ਪਰ ਜਿਵੇਂ ਕਿ ਆਪਾਂ ਹਾਲਾਤ ਅੱਜ ਦੇਖਦੇ ਪਏ ਹਾਂ, ਹੁਣੇ ਮੈਂ ਸਾਰਿਆਂ ਦੀਆਂ ਗੱਲਾਂ ਸੁਣੀਆਂ ਨੇ ਜੀ, ਯੂਨੀਅਨ ਟੈਰੀਟਰੀ ਬਣਾ ਦਿੱਤੀ ਜੇ ਕਰਤਾ, ਉੱਧਰੋਂ ਲੱਦਾਖ ਨੂੰ ਬਣਾ ਦਿੱਤਾ, ਇੱਧਰੋਂ ਜੇ ਐਂਡ ਕੇ ਨੂੰ ਬਣਾ ਦਿੱਤਾ, ਕਸ਼ਮੀਰ ਨੂੰ ਬਣਾ ਦਿੱਤਾ, ਕੀ ਪੁਲਵਾਮਾ ਜਦੋਂ ਹਮਲਾ ਹੋਇਆ ਕੀ ਉਦੋਂ ਰਾਸ਼ਟਰਪਤੀ ਰਾਸ਼ਨ ਸੀਗਾ, ਸ਼ਾਸਨ ਸੀਗਾ? ਨਹੀਂ ਸੀ, ਉਦੋਂ ਰਾਸ਼ਟਰਪਤੀ ਸ਼ਾਸਨ, ਰਾਸ਼ਟਰਪਤੀ ਸ਼ਾਸਨ ਸੀ। ਅਗਰ ਰਾਸ਼ਟਰਪਤੀ ਸ਼ਾਸਨ ਦੇ ਵਿੱਚ ਸਾਰੀਆਂ ਪਾਵਰਾਂ ਜਿਹੜੀਆਂ ਸੈਂਟਰਲ ਗਵਰਨਮੈਂਟ ਕੋਲ ਹੁੰਦੀਆਂ, ਉਦੋਂ ਅਗਰ ਇਹੋ ਜਿਹੇ ਹਮਲੇ ਹੋ ਸਕਦੇ ਆ ਤਾਂ ਮੈਂ ਰਾਸ਼ਟਰਪਤੀ ਸ਼ਾਸਨ ਨਹੀਂ, 6 ਮਹੀਨੇ ਤੋਂ ਬਾਅਦ ਤੁਸੀਂ ਐਕਸਟੈਂਡ ਕਰ ਸਕਦੇ ਹੋ, ਹਮੇਸ਼ਾ ਨਹੀਂ ਰੱਖ ਸਕਦੇ। ਨਹੀਂ, ਮੰਨ ਲਈ ਗੱਲ, ਰਾਸ਼ਟਰਪਤੀ ਸ਼ਾਸਨ ਹਮੇਸ਼ਾ ਨਹੀਂ ਰੱਖ ਸਕਦੇ। ਮੈਂ ਮੰਨ ਲੈਣਾ ਗੱਲ ਨੂੰ, ਮੈਂ ਗੱਲ ਉਹਨਾਂ ਹਾਲਾਤਾਂ ਦੀ ਗੱਲ ਕਰ ਰਿਹਾ ਕਿ ਅਗਰ ਉਹਨਾਂ ਹਾਲਾਤਾਂ ਦੇ ਵਿੱਚ ਇੰਨੀ ਮਾੜੀ ਪਰਿਸਥਿਤੀ ਬਣ ਸਕਦੀ ਸੀ ਤਾਂ ਉਹਨੂੰ ਆਪਾਂ ਕਿੱਦਾਂ ਮੰਨ ਕੇ ਚੱਲੀਏ ਵੀ ਹੁਣ ਹੁਣ ਦੀ ਜਿਹੜੀ ਹੁਣ ਤਬਦੀਲੀਆਂ ਆਈਆਂ ਕਿ ਉਹਦੇ ਅੰਡਰ ਉਹ ਠੀਕ ਚੱਲ ਸਕਦਾ? ਮੇਰੇ ਇੱਕ ਸਵਾਲ ਦਾ ਲਗਾ ਦਿਓ, ਮੈਨੂੰ ਤਾਂ ਇੰਝ ਲੱਗਦਾ ਜਿਵੇਂ ਜੰਮੂ ਕਸ਼ਮੀਰ ਸਾਡਾ ਸੂਬਾ ਬਣ ਗਿਆ, ਬਿਲਕੁਲ ਜੰਮੂ ਕਸ਼ਮੀਰ ਦਾ ਝੰਡਾ ਵੱਖਰਾ ਹੋਵੇ, ਦੋ ਝੰਡੇ ਉਹਨਾਂ ਨੂੰ, ਦੋਹਰੀ ਨਾਗਰਿਕਤਾ ਹੋਵੇ, ਕੀ ਇਹਨੂੰ ਸਪੋਰਟ ਕਰਨਾ ਬਣਦਾ ਸੀ? ਨਹੀਂ, ਚਾਹੀਦਾ ਤਾਂ ਇਹ ਸੀ ਕਿ ਜੰਮੂ ਕਸ਼ਮੀਰ ਦੀ ਅਸੈਂਬਲੀ ਫੈਸਲਾ ਕਰਦੀ ਕਿ ਨਹੀਂ ਅਸੀਂ ਆਪਣਾ ਝੰਡਾ ਇੰਡੀਅਨ ਝੰਡਾ ਹੀ ਮੰਨਣਾ, ਜਿਵੇਂ ਕਿ ਧਰਮ ਸਾਹਿਬ ਨੇ ਕਿਹਾ, ਪਾਸਪੋਰਟ ਵੀ ਇੰਡੀਆ ਦਾ ਹੀ ਚੱਲਦਾ, ਜਿਵੇਂ ਕਿ ਧਰਮ ਸਾਹਿਬ ਨੇ ਕਿਹਾ ਵੀ ਧਾਰਾ 370 ਨੂੰ ਅਮੈਂਡ ਕਰਨ ਦਾ ਮਤਲਬ ਇਹ ਸੀ ਕਿ ਉਹਨਾਂ ਲੋਕਾਂ ਨੂੰ ਆਪਣੇ ਨੇੜੇ ਲਿਆਉਣਾ ਜੀ। ਮੈਂ ਇਹਨਾਂ ਦੀ ਬਿਲਕੁਲ ਇਹਦੀ ਹਮਾਇਤ ਕਰਦਾ ਇਸ ਗੱਲ ਨਾਲ। ਔਰ ਝੰਡਾ ਜਦੋਂ ਹਿੰਦੁਸਤਾਨ ਦਾ ਤੁਸੀਂ ਰਹਿ ਰਹੇ ਹੋ, ਹਿੰਦੁਸਤਾਨ ਦੇ ਵਿੱਚ ਖਾ ਰਹੇ ਹੋ, ਉੱਥੇ ਦੇ ਰਹਿਣੇ ਹੋ, ਉੱਥੇ ਦਾ ਤੁਸੀਂ ਆਨੰਦ ਕਰਦੇ ਹੋ, ਆਨੰਦ ਹਿੰਦੁਸਤਾਨ ਦੇ ਵੀ ਨਾਗਰਿਕ ਨਾਲ ਨੇ ਨਾ, ਡਿਊਲ ਸਿਟੀਜ਼ਨਸ਼ਿਪ ਸੀ ਨਹੀਂ ਉਹਨਾਂ ਨੂੰ, ਉਹਨਾਂ ਨੂੰ ਇੱਕੋ ਨਾਗਰਿਕਤਾ ਚਾਹੀਦੀ ਸੀਗੀ, ਹਿੰਦੁਸਤਾਨ ਦੇ ਵਿੱਚ ਰਲਦੇ ਆਪਸ ਵਿੱਚ, ਪਰ ਹੁਣ ਨਾਗਰਿਕਤਾ ਇੱਕੋ ਹੀ ਹੋ ਗਈ। ਹਾਂ, ਉਹੀ ਗੱਲ ਮੈਂ ਕਹਿ ਰਿਹਾ, ਨਾਗਰਿਕ 70-35 ਇਹ ਹਟਣ ਦੇ ਨਾਲ ਇਹਦਾ ਮਤਲਬ ਹੈ ਕਿ ਹੁਣ ਨਾਗਰਿਕਤਾ ਇੱਕੋ, ਹੁਣ ਜਿਹੜੀ ਸਮੱਸਿਆ ਇੱਕ ਹੋਰ ਹੈ, ਕਸ਼ਮੀਰ ਦੇ ਜਿਹੜੇ ਸਿਟੀਜ਼ਨ ਨੇ ਉਹ ਵੀ ਸਿਰਫ ਹਿੰਦੁਸਤਾਨ ਦੇ ਨਾਗਰਿਕ, ਸਮੱਸਿਆ ਕੀ ਹੈ, ਅਲੱਗ ਸਿਟੀਜ਼ਨਸ਼ਿਪ ਨਹੀਂ ਹੈ, ਸਮੱਸਿਆ ਇਹ ਹੈ ਵੀ ਕੀ ਅਸੀਂ ਹਿਮਾਚਲ 'ਚ ਵੀ ਇਸ ਤਰ੍ਹਾਂ ਕਰਾਂਗੇ? ਅਸੀਂ ਜੇ ਐਂਡ ਕੇ ਦੇ ਵਿੱਚ ਅਲਾਓ ਕਰਤਾ ਵੀ ਪ੍ਰਾਪਰਟੀ ਖਰੀਦੋ, ਜਿੰਨਾ ਮਰਜ਼ੀ ਕੰਮ ਕਰੋ, ਸਪਸ਼ਟ ਹੋਏਗਾ, ਯੂਟੀ ਬਣ ਗਈ, ਸਪਸ਼ਟ ਹੋਏਗਾ, ਸਪਸ਼ਟ ਹੋਏਗਾ। ਪਰ ਮੇਰਾ ਲੱਗਦਾ ਹੈ ਕਿ ਜਦੋਂ ਇੱਕ ਮੁਲਕ ਇੱਕ ਕਾਨੂੰਨ ਹੈ ਤੇ ਹੱਕ ਹੋਣਾ ਚਾਹੀਦਾ ਕਿ ਤੁਸੀਂ ਜੰਮੂ ਕਸ਼ਮੀਰ 'ਚ ਵੀ ਖਰੀਦੋ ਫਰੋਖਤ ਕਰ ਸਕੋ, ਹਿਮਾਚਲ 'ਚ ਵੀ ਕਰ ਸਕੋ, ਸਾਰੀ ਹਿਮਾਚਲ 'ਚ ਵੀ ਇਸ ਗੱਲ ਦਾ ਮੈਂ ਚਾਹੁੰਦਾ, ਹਿਮਾਚਲ 'ਚ ਵੀ ਇਹ ਗੱਲ ਛੂਟ ਮਿਲੇ ਕਿ ਜੇ ਕਿਸੇ ਨੇ ਹਿਮਾਚਲ 'ਚ ਵੀ ਖਰੀਦਦਾਰੀ ਕਰਨੀ ਹੈ, ਜ਼ਮੀਨ ਖਰੀਦਣੀ ਹੈ, ਖਰੀਦੋ, ਹਿਮਾਚਲ ਦਾ ਵੀ ਵਿਕਾਸ ਹੋਊਗਾ। ਮੈਂ ਉਹਨਾਂ ਇੱਕ ਹੁਣ ਤੁਸੀਂ ਜਿਹੜੀ ਤੁਸੀਂ ਪੰਜਾਬ ਦੀ ਗੱਲ ਕੀ ਨਾ, ਜਿਹੜੀ ਤੁਸੀਂ ਪੰਜਾਬ ਦੀ ਗੱਲ ਕੀਤੀ, ਕੈਪਟਨ ਅਮਰਿੰਦਰ ਨੇ ਵਿਰੋਧ ਕੀਤਾ, ਨਹੀਂ ਜਿਹੜਾ ਕੈਪਟਨ ਅਮਰਿੰਦਰ ਦੇ ਵੀ ਨਾਲ ਹੋ, ਨਹੀਂ ਜੀ ਨਹੀਂ, ਮੈਂ ਪਹਿਲਾਂ ਗੱਲ ਕਹਿ ਕੇਟਿਆ ਵੀ ਅਸੀਂ ਉਹ ਤਾਕਤਾਂ ਜਿਹੜੀਆਂ ਸਾਡੇ ਦੇਸ਼ ਤੇ ਏਕਤਾ ਦੇ ਅਖੰਡਤਾ ਦੇ ਖਿਲਾਫ ਜਾਂਦੀਆਂ, ਮੈਂ ਉਹਦੇ ਵਿਰੁੱਧ ਹਾਂ, ਉਹਦੇ ਵਿਰੁੱਧ ਬਿਲਕੁਲ, ਅਸੀਂ ਅੱਜ ਤੁਸੀਂ ਮੋਦੀ ਦੇ ਫੈਸਲੇ ਦਾ ਸਵਾਗਤ ਕਰਦੇ ਹੋ, ਇਸ ਗੱਲ ਦਾ ਸਵਾਗਤ ਕਰਦੇ ਹਾਂ, ਪਰ
ਮੈਂ ਕੰਡੀਸ਼ਨਲ ਗੱਲ ਕਰ ਰਿਹਾ, ਕੰਡੀਸ਼ਨਲ, ਪਰ ਇਹਦੇ ਵਿੱਚ ਕੰਡੀਸ਼ਨਾਂ ਜਿਹੜੀਆਂ, ਮੈਂ ਤੁਹਾਨੂੰ ਪਹਿਲਾਂ ਗੱਲ ਕਹੀ ਹੈ ਕਿ ਜਦੋਂ ਕਿ ਰਾਸ਼ਟਰਪਤੀ ਸ਼ਾਸਨ ਦੇ ਵੇਲੇ ਇੰਨੇ ਮਾੜੇ ਹਾਲਾਤ ਹੋ ਗਏ ਸੀ ਤਾਂ ਹੁਣ ਜੰਮੂ ਕਸ਼ਮੀਰ 'ਚ ਹਾਲਾਤ ਤਾਂ ਪੁਰਾਣੇ ਸਮਿਆਂ ਤੋਂ ਹੀ ਮਾੜੇ ਚੱਲਦੇ ਆ ਰਹੇ, ਕਿੱਡੇ ਸਾਡੇ ਫੌਜੀ ਵੀ ਤਾਂ ਸ਼ਹੀਦ ਹੋਏ, ਮੈਂ ਉਹਨਾਂ ਫੌਜੀਆਂ ਦੇ ਪਰਿਵਾਰਾਂ ਨੂੰ ਪਿੰਡਾਂ 'ਚ ਜਾ ਕੇ, ਮੈਂ ਉਹੀ ਗੱਲ ਐਡ ਕਰਨਾ ਚਾਹੁੰਦਾ ਜੀ ਵੀ ਕੀ ਆਜ਼ਾਦ ਕਸ਼ਮੀਰ ਬਾਰੇ ਵੀ ਮੋਦੀ ਸਾਹਿਬ ਨੇ ਕੁਛ ਸੋਚਿਆ? ਜਿਹੜਾ ਕਸ਼ਮੀਰ ਸਾਡੇ ਤੋਂ 1948 ਖੋਹ ਲਿਆ ਗਿਆ ਸੀ ਉਹਦੇ ਬਾਰੇ ਵੀ ਕੁਝ ਮਾੜਾ ਜਿਹਾ ਖੁੱਲ ਕੇ ਵਿਚਾਰ ਕਰਨ ਸਾਡੇ ਸਟੈਪ ਬਾਈ ਸਟੈਪ ਕੰਮ ਹੁੰਦੇ ਆ ਜੀ, ਜੇ ਨੀਹਾਂ ਭਰੀਆਂ ਗਈਆਂ ਤੇ ਕੱਲ ਨੂੰ ਆਪਾਂ ਕੰਧ ਵੀ ਬਣਾ ਲਾਂਗੇ, ਸਮਾਂ ਪਿਆ ਤਾਂ। ਹਾਂਜੀ, ਸੁਖਪਾਲ ਖਹਿਰਾ ਵੀ ਵਿਰੋਧ 'ਚ ਆ ਜੀ, ਸੁਖਪਾਲ ਖਹਿਰਾ ਦੇ ਵਿਰੋਧ ਦਾ ਕਾਰਨ? ਵਿਰੋਧ ਦਾ ਕਾਰਨ ਇਹ ਹੈ, ਸੁਖਪਾਲ ਖਹਿਰਾ ਕਹਿੰਦਾ ਖਹਿਰਾ ਇਸ ਸੰਵਿਧਾਨ ਦੇ ਉਲਟ ਹੋਇਆ ਫੈਸਲਾ, ਖਹਿਰਾ ਸਾਹਿਬ ਤਰੀਕੇ ਤੋਂ ਨਾਰਾਜ਼ ਆ ਸੁਖਪਾਲ ਖਹਿਰਾ? ਖਹਿਰਾ ਸਾਹਿਬ ਨੇ ਇਹ ਕਿਹਾ ਹੈ, ਅਸਲ ਵਿੱਚ ਉਹਨਾਂ ਦੇ ਕਹਿਣ ਦਾ ਭਾਵ ਇਹ ਸੀਗਾ ਕਿ ਜਿਹੜੀਆਂ ਹਿੰਦੁਸਤਾਨ ਵਿੱਚ ਆਪਣੀਆਂ ਦੂਜੀਆਂ ਸਿਆਸੀ ਪਾਰਟੀਆਂ ਸਾਰਿਆਂ ਨੂੰ ਕੰਫੀਡੈਂਸ 'ਚ ਲੈ ਕੇ ਫਿਰ ਇਹ ਕਰਨਾ ਚਾਹੀਦਾ ਸੀ, ਵੀ ਬਿਨਾਂ ਪੁੱਛੇ ਨਾ ਕਰੋ, ਬਿਨਾਂ ਪੁੱਛੇ ਨਹੀਂ ਕਰਨਾ ਚਾਹੀਦਾ। ਵੈਸੇ ਸਰਕਾਰ ਨੇ ਫੈਸਲਾ ਕਰਨਾ ਹੁੰਦਾ, ਸਰਕਾਰ ਮੈਜੋਰਟੀ 'ਚ, ਮੈਜੋਰਟੀ 'ਚ ਠੀਕ ਆ, ਇਹ ਤਾਂ ਫਿਰ ਤਾਨਾਸ਼ਾਹੀ ਹੋ ਗਈ, ਜੋ ਮਰਜ਼ੀ ਫੈਸਲਾ ਹੋ ਜਾਵੇ ਫਿਰ ਜੋ ਮਰਜ਼ੀ ਕਰ ਲੈਣ, ਪੰਜਾਬ ਨੂੰ ਹਿਮਾਚਲ ਨੂੰ ਜਿਹੜੀ ਮਰਜ਼ੀ, ਨਹੀਂ ਜਿਹੜੀ ਚੀਜ਼ ਬਿਨਾਂ ਵੋਟਾਂ ਤੋਂ ਹੋ ਸਕਦੀ ਆ ਉਹ ਤਾਂ ਸਰਕਾਰ ਨੂੰ ਕਰਨੀ ਚਾਹੀਦੀ ਆ, ਜੇ ਸਰਕਾਰ ਪੁੱਛਣ ਵਾਲੀ ਇਹ ਜਿਹੜੇ ਬਿੱਲ ਆ ਰਾਜ ਸਭਾ ਤੇ ਲੋਕ ਸਭਾ ਪਾਸ ਹੋਣਗੇ, ਇਸ ਕਰਕੇ ਇਹ ਨਹੀਂ ਉੱਥੇ ਵੋਟਿੰਗ ਹੈਗੀ ਆ, ਵੋਟਿੰਗ ਇਹਦਾ ਮਤਲਬ ਇਹ ਕਿ ਲੋਕ ਜਿਹੜੀਆਂ ਬਾਕੀ ਪਾਰਟੀਆਂ ਉਹ ਪਾਰਟੀਆਂ ਉਹ ਪਾਰਟਿਸਿਪੇਟ ਕਰ ਰਹੀਆਂ ਜਾਂ ਬਾਇਕਾਟ ਕਰਨਗੀਆਂ ਜਾਂ ਹੱਕ ਚਾਹੁੰਦੇ। ਇਹਦੇ 'ਚ ਅਜੇ ਦੇਖੋ ਟੈਰੀਟੋਰੀ ਬਣਨ ਤੋਂ ਬਾਅਦ ਲੱਦਾਖ, ਲੇਹ ਲੱਦਾਖ ਔਰ ਇਹ ਜਿਹੜੀ ਆ ਟੈਰੀਟੋਰੀ ਬਣਨ ਤੋਂ ਬਾਅਦ ਬਹੁਤ ਸਾਰੀ ਅਮੈਂਡਮੈਂਟ ਹੋਏਗੀ ਉਹਦੇ ਵਿੱਚ, ਜਿਸ ਤਰ੍ਹਾਂ ਆਪਾਂ ਕੋਈ ਜਾਇਦਾਦ ਖਰੀਦ ਸਕਦੇ ਹਾਂ, ਨਹੀਂ ਖਰੀਦ ਸਕਦੇ ਹਾਂ, ਇਹੋ ਜਿਹੀਆਂ ਜਿਹੜੀਆਂ। ਚੰਡੀਗੜ੍ਹ ਯੂਟੀ ਆ ਪਰ ਅਸੀਂ ਚੰਡੀਗੜ੍ਹ 'ਚ ਖਰੀਦ ਸਕਦੇ ਹਾਂ, ਜੇ ਕਸ਼ਮੀਰ ਯੂਟੀ ਬਣ ਗਿਆ ਤੇ ਜੇ ਅਸੀਂ ਕਸ਼ਮੀਰ 'ਚ ਖਰੀਦ ਸਕਦੇ ਹੋਈਏ ਤੇ ਅਸੀਂ ਖਰੀਦ ਸਕਦੇ, ਇਹਦੀਆਂ ਸ਼ਰਤਾਂ ਅਜੇ ਮਨਜ਼ੂਰੀ ਮਿਲਣੀ ਚਾਹੀਦੀ, ਮਨਜ਼ੂਰੀ ਮਿਲੂਗੀ ਉਹ ਜੋ ਅਮੈਂਡਮੈਂਟ ਹੋਏਗੀ। ਦੂਜੀ ਗੱਲ ਹੈਗੀ ਉੱਥੇ ਦੇਖੋ ਇਹਦੇ ਨਾਲ ਜਿਹੜੀ ਉੱਥੋਂ ਦੀ ਸਿਟੀਜ਼ਨਸ਼ਿਪ ਦੀ ਗੱਲ ਆ, ਉੱਥੋਂ ਦੀ ਅਸੀਂ ਇੰਡਸਟਰੀਆਂ ਲਾ ਸਕਦੇ ਕਿ ਨਹੀਂ ਲਾ ਸਕਦੇ, ਉੱਥੋਂ ਦਾ ਜਿਹੜਾ ਜੋ ਵੀ ਹੈ ਜਦੋਂ ਧਾਰਾ 370 ਖਤਮ ਹੋ ਗਈ, 35A ਖਤਮ ਹੋ ਗਈ, ਫਿਰ ਤਾਂ ਲਾ ਸਕਦੇ। ਮੈਂ ਤੁਹਾਨੂੰ ਸਭ ਕੁਝ ਇੱਕ ਮਿੰਟ ਮੈਨੂੰ ਕਰ ਦਿੰਦੇ, ਇੱਕ ਜਦੋਂ 370 ਅਤੇ 35A ਖਤਮ ਹੋਊਗੀ ਪੂਰੀ ਤਰ੍ਹਾਂ, ਤੇ ਉਹਦੇ ਵਿੱਚ ਜਿਹੜੀ ਅਮੈਂਡਮੈਂਟ ਹੋਣੀ ਆ ਉਹਦੇ ਵਿੱਚ ਬੜੀਆਂ ਚੀਜ਼ਾਂ ਸਪਸ਼ਟਤਾ ਦੇ ਨਾਲ ਦੱਸਣਗੇ। ਧੰਨ ਸਾਹਿਬ, ਮੰਨ ਲਿਆ ਜਾਵੇ ਕਿ ਕਸ਼ਮੀਰ 'ਚ ਖੁੱਲ੍ਹ ਹੋ ਗਈ ਕਿ ਤੁਸੀਂ ਜ਼ਮੀਨ ਖਰੀਦ ਸਕਦੇ ਹੋ, ਪਲਾਟ ਖਰੀਦ ਸਕਦੇ ਹੋ, ਕੋਠੀ ਖਰੀਦ ਸਕਦੇ ਹੋ, ਇੰਡਸਟਰੀ ਖਰੀਦ ਸਕਦੇ ਹੋ, ਇਹਦਾ ਪੰਜਾਬ ਨੂੰ ਫਾਇਦਾ ਹੋਊਗਾ, ਪੰਜਾਬ ਦੀ ਇੰਡਸਟਰੀ ਕਸ਼ਮੀਰ 'ਚ ਲੱਗ ਸਕੂਗੀ, ਵੀ ਚਲੋ ਕਸ਼ਮੀਰ ਜਾ ਕੇ ਜਗ੍ਹਾ ਖਰੀਦੀ ਆਪਾਂ। ਦਲਾ ਸਾਹਿਬ, ਪਹਿਲੀ ਗੱਲ ਤਾਂ ਇਹ ਆ ਕਿ ਦੇਖੋ ਇਹ ਜਿਹੜਾ ਅੱਜ ਜਿਹੜਾ ਫੈਸਲਾ ਲਿਆ ਕਿਉਂ ਸ਼ਾਸਿਤ ਗਿਣਿਆ ਜਾ ਰਿਹਾ ਜੀ? ਅੱਜ ਹਿੰਦੁਸਤਾਨ ਦਾ ਕੌਨਸਟੀਟਿਊਸ਼ਨ ਇੱਕ ਹੋ ਗਿਆ ਜੀ, ਕਸ਼ਮੀਰੀ ਆਪਣੇ ਹਿੰਦੁਸਤਾਨ ਦੇ ਕੌਨਸਟੀਟਿਊਸ਼ਨ ਨੂੰ ਨਹੀਂ ਮੰਨਦੇ ਸੀ ਜੀ। ਜਿਸ ਵੇਲੇ ਉਹ ਆ ਕੇ ਇੱਥੇ ਮੰਤਰੀ ਬਣ ਜਾਂਦੇ ਸੀ ਜਾਂ ਮੈਂਬਰ ਪਾਰਲੀਮੈਂਟ ਬਣ ਜਾਂਦੇ, ਉਸ ਵੇਲੇ ਹਿੰਦੁਸਤਾਨ ਦੇ ਕੌਨਸਟੀਟਿਊਸ਼ਨ ਨੂੰ ਮੰਨਦੇ ਸੀ ਜੀ। ਜਦੋਂ ਕਸ਼ਮੀਰ 'ਚ ਜਾਂਦੇ ਸੀ ਉੱਥੇ ਜਾ ਕੇ ਡਬਲ ਸਟੈਂਡਰਡ ਦੀ ਗੱਲ ਹੁੰਦੀ ਸੀ ਜੀ। ਅੱਜ ਉਹ ਜਿਹੜੀ ਗੱਲ ਆ ਹਿੰਦੁਸਤਾਨ ਦਾ ਕੌਨਸਟੀਟਿਊਸ਼ਨ, ਅੱਜ ਕਸ਼ਮੀਰ ਟੂ ਕੰਨਿਆਕੁਮਾਰੀ ਅੱਜ ਇੱਕ ਹਿੰਦੁਸਤਾਨ ਆਪਾਂ ਕਹਿ ਸਕਦੇ ਹਾਂ ਜਿਹੜੀ ਜੀ ਵੱਡੀ ਗੱਲ ਹੋਈ ਆ। ਦੂਜੀ ਗੱਲ ਜਿਹੜੀ ਤੁਸੀਂ ਕਹਿੰਦੇ ਹੋ ਕਿ ਜਿਸ ਵੇਲੇ ਇੱਕ ਕਲੈਰਿਟੀ ਆਊਗੀ 370 ਔਰ 35A ਤਾਂ ਕਲੀਅਰ ਹੋਈ ਗਿਆ ਕਿ ਖਤਮ ਹੋ ਗਿਆ, ਉਸ ਤੋਂ ਬਾਅਦ ਕਿਆ ਗਵਰਨਮੈਂਟ ਪਾਲਿਸੀ ਬਣਾਉਂਦੀ ਆ ਇੰਡਸਟਰੀਲਾਈਜੇਸ਼ਨ ਕਰਨ ਲਈ? ਡੈਫੀਨੇਟਲੀ ਮੈਨੂੰ ਇਹਦੇ ਵਿੱਚ ਬਹੁਤ ਭਰੋਸਾ ਆਪਣੇ 'ਤੇ ਕਿ ਇਹ ਸਰਕਾਰ ਇਹ ਜ਼ਰੂਰ ਫੈਸਲਾ ਲਊਗੀ, ਉੱਥੇ ਦੇ ਪਬਲਿਕ ਨੂੰ ਜੋਬਸ ਮਿਲਣਗੀਆਂ ਜੇ ਇੱਥੋਂ ਇੰਡਸਟਰੀ ਉੱਥੇ ਲੱਗੂਗੀ ਜਾ ਕੇ, ਉਹਦੇ ਦੇ ਕਲਾਈਮੇਟ ਦੇ ਹਿਸਾਬ ਨਾਲ ਉੱਥੇ ਵਧੀਆ ਤੋਂ ਵਧੀਆ ਇੰਡਸਟਰੀ ਲਾਉਣ ਦੀ ਕੋਸ਼ਿਸ਼ ਕੀਤੀ ਜਾਊਗੀ। ਔਰ ਹਿੰਦੁਸਤਾਨ ਦੇ ਨਕਸ਼ੇ ਦੇ ਉੱਤੇ ਕਸ਼ਮੀਰ ਇੱਕ ਅਲੱਗ ਡਿਵੈਲਪ ਹੋ ਕੇ ਨਜ਼ਰ ਆਊਗਾ, ਇਹ ਮੈਂ ਸ਼ਿਓਰਟੀ ਦਿੰਦਾ ਤੁਹਾਨੂੰ ਇਸ ਗੱਲ ਦੀ। ਦੂਜੀ ਗੱਲ, ਅੱਜ ਇਹ ਜਿਹੜੇ ਕਹਿੰਦੇ ਆਪਾਂ ਕਸ਼ਮੀਰੀ, ਤੁਸੀਂ ਦੇਖੋ ਜਿੰਨਾ ਵੀ ਕਸ਼ਮੀਰੀ
ਵਪਾਰ ਕਰਨ ਆਉਂਦਾ ਉਹ ਆਪਣੇ ਇੱਧਰ ਹੀ ਆਉਂਦਾ ਸੀ ਜੀ। ਸ਼ਾਲਾਂ ਤੁਸੀਂ ਦੇਖੋ ਵਿਸਰਦੀਆਂ ਜਾਂਦੇ ਵਿੱਚ ਜੀ, ਉਹ ਕਿਸੇ ਹੋਰ ਜਗ੍ਹਾ ਤਾਂ ਨਹੀਂ ਵਿਕਦੀਆਂ ਉਹਨਾਂ ਦੀਆਂ ਜੀ। ਜਦ ਉਹ ਡਿਪੈਂਡੈਂਟ ਇੱਥੇ ਸਾਰੇ ਹਿੰਦੁਸਤਾਨ ਦੇ ਬਾਕੀ 'ਤੇ ਅੱਜ ਅਗਰ ਉਹ ਇਹ ਕਰ ਦਿੱਤਾ ਗਿਆ ਤਾਂ ਉਹ 'ਚ ਕੀ ਬੁਰਾਈ ਹੋਈ ਹੈ? ਇਹ ਤਾਂ ਸਾਰੀ ਇਹ ਤਾਂ ਮਤਲਬ ਅਗਰ ਉੱਧਰੋਂ ਇੱਧਰ ਜਿਵੇਂ ਤੁਸੀਂ ਕਹਿ ਰਹੇ ਹੋ ਸ਼ਾਲਾਂ ਵੇਚਣ ਆਉਂਦੇ ਆ, ਸਾਰਾ ਕੁਛ ਕਰਦੇ ਆ, ਵਨ ਵੇ ਸੀ ਨਹੀਂ। ਅੱਜ ਸਾਡੇ ਨਾਲ ਕੀ ਹੋ ਰਿਹਾ ਸੀ ਜੀ? ਅੱਗੇ ਸਾਡੀ ਇੰਡਸਟਰੀ, ਸਾਡਾ ਸਵੈਟਰ, ਸਾਡੀ ਹੌਜ਼ਰੀ ਜੀ, ਬੜਾ ਬਾਕੀ ਚੀਜ਼ਾਂ ਵੀ ਉੱਥੇ ਜਾਂਦੀਆਂ ਸੀ, ਕਸ਼ਮੀਰ ਜਾਂਦੀਆਂ ਸੀ, ਕਸ਼ਮੀਰ ਜਾਂਦੀਆਂ ਸੀ। 1990 ਤੋਂ ਬਾਅਦ ਕਸ਼ਮੀਰੀਆਂ ਦੇ ਦਿਮਾਗ, ਉਹਨਾਂ ਦੀ ਪੋਲੀਟੀਕਲ ਪਾਰਟੀਆਂ ਨੇ ਐਸੇ ਬਦਲਤੇ ਕਿ ਇੱਥੇ ਦੇ ਲੋਕਾਂ ਨੇ ਜਿਹੜਾ ਮਾਲ ਭੇਜਿਆ ਉਹਨਾਂ ਨੂੰ ਇੰਨਾ ਕੁ ਡਰਾ ਦਿੱਤਾ ਕਿ ਉਹਨਾਂ ਦੀ ਪੇਮੈਂਟ ਨਹੀਂ ਵਾਪਸ ਆਈਆਂ ਸੀ ਕਿ ਭਾਈ ਤੁਸੀਂ ਇੱਥੇ ਨਾ ਆਈਓ, ਇੱਥੇ ਅੱਤਵਾਦ ਬਹੁਤ ਆ, ਅਤੇ ਉਹ ਪੇਮੈਂਟ ਹੀ ਲੋਕਾਂ ਦੀਆਂ ਮਰ ਗਈਆਂ। ਦੇਖੋ ਇਹ ਜਿਹੜੀਆਂ ਇਹ ਪੋਲੀਟੀਕਲ ਪਾਰਟੀਆਂ ਨੇ ਆਪਣੇ ਹਿਸਾਬ ਨਾਲ ਫੀਡ ਕਰਦੀਆਂ, ਆਪਣੇ ਹਿਸਾਬ ਨਾਲ ਪਬਲਿਕ ਨੂੰ ਫੀਡ, ਔਰ ਉਸ ਫੀਡਬੈਕ ਦਾ ਜਿਹੜਾ ਸੀ ਉਹ ਸਾਡੇ ਹਿੰਦੁਸਤਾਨ ਨੂੰ ਅਜੇ ਤੱਕ ਨੁਕਸਾਨ ਹੁੰਦਾ। ਹੁਣ ਪੰਜਾਬ ਦੀ ਇੰਡਸਟਰੀ ਵੀ ਕਸ਼ਮੀਰ ਜਾ ਸਕਦੀ ਹੈ? ਪੰਜਾਬ 'ਚੋਂ ਕੀ ਕਸ਼ਮੀਰ ਜਾ ਸਕਦਾ ਜੇ ਕੰਮ ਵਧਣ ਦਾ ਮੌਕਾ ਮਿਲ ਗਿਆ? ਦੁਕਾਨਾਂ ਖੁੱਲਣਗੀਆਂ ਕਸ਼ਮੀਰ 'ਚ ਪੰਜਾਬੀਆਂ ਦੀਆਂ ਵੀ? ਚੱਕੋ ਸਵੈਟਰ ਦੁਕਾਨਾਂ ਤਾਂ ਅੱਗੇ ਵੀ ਖੁੱਲਦੀਆਂ ਸੀ ਜੀ, ਉਹਦੇ 'ਚ ਕੋਈ ਦੋ ਰਾਏ ਨਹੀਂ ਉਹਦੇ, ਨਹੀਂ ਪੰਜਾਬੀ ਖਰੀਦ ਸਕੇ ਅੱਗੇ ਦੁਕਾਨ ਕਿਰਾਏ 'ਤੇ ਲੈ ਕੇ ਜ਼ਰੂਰ ਖੁੱਲ ਜਾਂਦੀ ਸੀ। ਮਤਲਬ ਹੁਣ ਕੰਪਲੈਕਸ ਬਣੂਗਾ, ਪੰਜਾਬ ਕੰਪਲੈਕਸ ਮਾਰਕੀਟ ਬਣੂਗੀ ਕਸ਼ਮੀਰ, ਡੈਫੀਨੇਟਲੀ ਬਣਨੀ ਹੈ ਜੀ। ਔਰ ਸਾਡੀ ਹੌਜ਼ਰੀ ਇੰਡਸਟਰੀ ਨੂੰ ਉੱਥੇ ਬਹੁਤ ਵਧੀਆ, ਉੱਥੇ ਦੀ ਵੂਲ ਬੜੀ ਅੱਛੀ ਹੈਗੀ ਆ, ਸਾਨੂੰ ਐਂ ਲੱਗਦਾ ਕਿ ਆਉਣ ਵਾਲੇ ਟਾਈਮ ਦੇ ਵਿੱਚ ਉੱਥੇ ਵੂਲ ਮਿਲਾਂ ਵੀ ਲੱਗਣ। ਚਲੋ ਬਿਲਕੁਲ ਠੀਕ ਹੈ ਜੀ। ਕਸ਼ਮੀਰ ਕਹਿੰਦੇ ਸਵਰਗ ਹੈ, ਜੰਨਤ ਹੈ, ਡੱਲ ਲੇਕ ਵੀ ਆ ਉੱਥੇ, ਉਹ ਵੀ ਕਹਿੰਦੇ ਸਰਦੀਆਂ ਜੰਮ ਜਾਂਦੀ, ਕਹਿੰਦੇ ਬਹੁਤ ਲੋਕ ਦੁਨੀਆ ਭਰ ਤੋਂ ਸੈਲਾਨੀ ਆਉਂਦੇ ਨੇ। ਤਾਂ ਸਾਹਿਬ ਦੋ ਸ਼ਬਦਾਂ 'ਚ, ਇਸ ਸਾਰੇ ਘਟਨਾਕ੍ਰਮ ਤੋਂ ਬਾਅਦ ਦੁਨੀਆ ਭਰ 'ਚ ਸੈਲਾਨੀਆਂ ਦੀ ਆਮਦ ਵਧੇਗੀ ਜਾਂ ਘਟੇਗੀ? ਡੈਫੀਨੇਟਲੀ ਵਧੂਗੀ ਜੀ ਜੀ। ਇਹ ਕੁਛ ਦੇਰ ਦਾ ਜਿਹੜਾ ਮਾਹੌਲ ਆ ਇਹਨੂੰ ਸਰਕਾਰ ਕੰਟਰੋਲ ਕਰੂਗੀ, ਔਰ ਉਸ ਤੋਂ ਬਾਅਦ ਤੁਸੀਂ ਦੇਖੋਗੇ ਕਿ ਸੈਲਾਨੀ ਵੀ ਵਧਣਗੇ ਔਰ ਉੱਥੇ ਦੀ ਪਬਲਿਕ ਉੱਦਾਂ ਹੀ ਉਹਨਾਂ ਦਾ ਵੈਲਕਮ ਕਰੂਗੀ। ਅੱਜ ਉਹਨਾਂ ਦੀ ਜਿਹੜੀ ਇਕਾਨਮੀ ਹੈ ਨਾ ਜੀ, ਉਹ ਸਿਰਫ ਟੂਰਿਜ਼ਮ ਉੱਪਰ, ਟੂਰਿਜ਼ਮ 'ਤੇ। ਔਰ ਅਗਰ ਉੱਥੇ ਟੂਰਿਜ਼ਮ ਟੂਰਿਸਟ ਨਹੀਂ ਜਾਊਗਾ ਤਾਂ ਉਹਨਾਂ ਦੀ ਇਕਾਨਮੀ ਨਹੀਂ ਚੱਲ ਸਕਦੀ, ਅਤੇ ਸਾਡੀ ਜਿਹੜੀ ਸਰਕਾਰਾਂ ਨੇ ਜੇ ਫੈਸਲੇ ਲਿੱਤੇ ਆ ਉਹਨਾਂ ਦੀ ਇਕਾਨਮੀ ਵਧਾਉਣ ਲਈ ਇਹ ਡੈਫੀਨੇਟਲੀ ਅੱਛੇ ਸਟੈਪ ਲਿੱਤੇ ਜਾਣਗੇ ਔਰ ਉੱਥੇ ਟੂਰਿਜ਼ਮ ਜ਼ਿਆਦਾ ਵਧੂਗਾ ਔਰ ਇੰਟਰਨੈਸ਼ਨਲ ਲੈਵਲ 'ਤੇ ਉੱਥੇ ਟੂਰਿਸਟ ਆਊਗਾ ਜੀ। ਇੰਟਰਨੈਸ਼ਨਲ ਲੈਵਲ 'ਤੇ ਉੱਥੇ ਟੂਰਿਸਟ ਆਉਣਗੇ। ਚਲੋ ਆਖਰੀ ਟਿੱਪਣੀ ਜੀ ਤੁਹਾਡੀ ਨਜ਼ਰ 'ਚ, ਵਰੁਣ ਜੀ ਕਿਸ ਤਰ੍ਹਾਂ ਕਿਵੇਂ ਵੇਖਦੇ ਹੋ ਟੂਰਿਜ਼ਮ ਵਧੂਗਾ, ਲੌਂਗ ਟਰਮ ਇੰਪੈਕਟ ਕੀ ਹੋਣਗੇ, ਲੰਬੇ ਸਮੇਂ ਦੇ ਇਹਦੇ ਅਸਰ ਕੀ ਹੋਣਗੇ? ਡੱਲਾ ਜੀ ਇੰਡਸਟਰੀ, ਪੰਜਾਬ ਦਾ ਉਦਯੋਗ ਵਿਕਸਿਤ ਹੋਊਗਾ ਜਾ ਕੇ ਕਸ਼ਮੀਰ 'ਚ? ਡੱਲਾ ਜੀ ਮੈਂ ਹੁਣ ਪੰਜਾਬ 'ਚ ਕਸ਼ਮੀਰ ਕਿਉਂਕਿ ਟੈਕਸ ਬੈਨੀਫਿਟ ਸਟੇਟ ਹੈ, ਜੰਮੂ ਕਸ਼ਮੀਰ ਟੈਕਸ ਬੈਨੀਫਿਟ ਸੀ, ਕੀ ਹੁਣ ਵੀ ਉਹ ਪਹਾੜ ਟੈਕਸ ਬੈਨੀਫਿਟ ਰਹਿਣਗੇ? ਪੰਜਾਬ ਦੇ ਲੋਕਾਂ ਨੂੰ ਫਾਇਦਾ ਹੋਊਗਾ ਵੀ ਉੱਥੇ ਵੀ ਇੰਡਸਟਰੀ ਲਾ ਲਈਏ? ਪੰਜਾਬੀਆਂ ਦੀ ਦਿੱਕਤ ਦੇਖੋ, ਪੰਜਾਬੀ ਚੀਨ 'ਚ ਤਾਂ ਫੈਕਟਰੀ ਲਾ ਸਕਦੇ, ਕਸ਼ਮੀਰ 'ਚ ਨਹੀਂ ਸੀ ਲਾ ਸਕਦੇ। ਮੈਂ ਉਹੀ ਗੱਲ ਦਾ ਜਵਾਬ ਦੇਣ ਲੱਗਾ ਡੱਲਾ ਜੀ, ਜਦੋਂ ਟੂਰਿਸਟ ਹੱਬ ਹੈ ਇੱਕ ਉਹ, ਠੀਕ ਹੈ, ਆਪਾਂ ਕਿਤੇ ਵੀ ਚਲ ਜਾਈਏ ਜੇ ਦੇਸ਼ ਦੇ, ਉਹਨੇ ਤੁਸੀਂ ਗੱਲ ਕੀਤੀ ਚੀਨ ਦੀਆਂ, ਵਿਦੇਸ਼ਾਂ 'ਚ ਵੀ ਚਲੇ ਹੀ ਹੈ, ਤੁਸੀਂ ਸ਼ੋਪਿੰਗ ਕਰੋ ਅਤੇ ਜੇ ਕਿਤੇ ਕੋਈ ਹੌਜ਼ਰੀ ਗਾਰਮੈਂਟ ਨੂੰ ਦੇਖੋ ਤਾਂ ਪੰਜਾਬ ਦੀ ਬਣਿਆ ਹੋਇਆ ਪ੍ਰੋਡਕਟ ਤੁਹਾਨੂੰ ਮਿਲਦਾ, ਔਰ ਖਾਸ ਤੌਰ 'ਤੇ ਲੁਧਿਆਣਾ ਦਾ ਜੀ। ਲੇਕਿਨ ਸਾਡੀ ਬਦਕਿਸਮਤੀ ਹੈ ਕਿ ਜੇ ਐਂਡ ਕੇ ਦੇ ਲੋਕ ਇੱਥੇ ਦੇ ਕਿਤੇ ਇੱਥੇ ਦੇ ਕਾਮਿਆਂ ਨੂੰ ਤਾਂ ਪਸੰਦ ਕਰਦੇ ਆ, ਪਰ ਸਾਡੇ ਨਾਲ ਜਿਹੜੀ ਉਹਨਾਂ ਦੀ ਧਾਰਾ 370 ਦੀ ਖਾਈ ਸੀ ਨਾ, ਉਹ ਬਰਾਬਰ ਨਹੀਂ ਸੀ ਆਉਂਦੇ ਦੀ। ਤੁਹਾਡਾ ਮਤਲਬ ਕਿ ਧਾਰਾ 370 ਕਰਕੇ ਆਪਸ 'ਚ ਮਨ ਮੁਟਾਵ ਸੀ? ਬੜਾ ਬੜਾ ਕੁਛ ਦੇਖੋ ਕਿਤੇ ਨਾ ਕਿਤੇ ਡੱਲਾ ਜੀ, ਹੁਣ ਅੱਜ ਕਈ ਗੱਲਾਂ ਐਸੀਆਂ ਨੇ ਕਿ ਕਈ ਵਾਰੀ ਇੱਥੋਂ ਸਮਾਨ ਜਾਣਾ, ਉੱਥੇ ਟੈਕਸ ਬੈਨੀਫਿਟ ਮਿਲ ਜਾਣੇ ਉਹਨਾਂ ਨੂੰ, 370 ਦੇ ਆਰਟੀਕਲ ਦਾ ਬੈਨੀਫਿਟ ਮਿਲ ਜਾਣਾ, ਉਸ ਤੋਂ ਬਾਅਦ ਉਹ ਰੀਸੇਲ ਹੋਣੀਆਂ, ਬੜਾ ਕੁਛ ਚੱਲਦਾ ਰਿਹਾ। ਲੇਕਿਨ ਅੱਜ ਜਦੋਂ ਇਕਨੋਮਿਕਲੀ ਔਰ ਲਾਅ ਵਾਈਜ਼ ਅਸੀਂ ਬਿਲਕੁਲ ਬਰਾਬਰ 'ਤੇ ਉੱਤੇ ਆ ਜਾਵਾਂਗੇ, ਜਦੋਂ ਸਰਕਾਰ ਜੇ ਐਸੀ ਪ੍ਰਪੋਜ਼ਲ ਰੱਖਦੀ ਹੈ ਕਿ ਇੰਡਸਟਰੀਅਲ ਗਰੋਥ ਦੇ ਲਈ, ਉੱਥੇ ਡਿਵੈਲਪਮੈਂਟ ਦੇ ਲਈ ਪੰਜਾਬ ਇੰਡਸਟਰੀ 'ਚ ਉੱਥੇ ਜਾ ਕੇ ਇੰਡਸਟਰੀਅਲ ਹੱਬ ਦੇ ਵਿੱਚ ਆਪਣਾ ਯੋਗਦਾਨ ਪਾ ਸਕੇ, ਅਤੇ ਮੈਂ ਸਮਝਦਾ ਪੰਜਾਬ ਦੇ ਵਪਾਰੀਆਂ ਨੂੰ ਵੀ ਵਾਧਾ ਮਿਲਣਾ, ਅਤੇ ਸ਼੍ਰੀਨਗਰ ਦੇ ਔਰ ਕਸ਼ਮੀਰ ਦੇ ਜੇ ਐਂਡ ਕੇ ਦੇ ਲੋਕਾਂ ਨੂੰ ਜਿਹੜਾ
ਕਾਰੋਬਾਰ ਦਾ ਨਾ ਵਾਧਾ, ਰੁਜ਼ਗਾਰ ਹੈ ਉਹ ਵੀ ਮਿਲੇਗਾ, ਤੇ ਜਿਹੜਾ ਫਾਈਨੈਂਸ਼ੀਅਲੀ ਅਸੈਸਮੈਂਟ ਦੇ ਤੌਰ ਤੇ ਅਸੀਂ ਵਾਧਾ ਗਿਣਦੇ ਹਾਂ, ਉੱਥੇ ਦੇ ਲੋਕਾਂ ਦਾ ਵੀ ਤੇ ਪੰਜਾਬੀਆਂ ਦਾ ਵੀ ਹੋਏਗਾ। ਚਲੋ ਹਾਂਜੀ, ਤੁਹਾਡੀ ਟਿੱਪਣੀ ਜੀ ਤੁਸੀਂ ਲੱਸੀ ਨਾਲ ਵੀ ਪੰਜਾਬ ਦੇ ਜਿਹੜਾ ਵਪਾਰ ਦੀ ਗੱਲ ਤੁਸੀਂ ਕਰਦੇ ਹੋ, ਮੈਨੂੰ ਨਹੀਂ ਲੱਗਦਾ ਉਹਦਾ ਕੋਈ ਫਾਇਦਾ ਹੋਏਗਾ, ਬੈਨੀਫਿਟ ਹੋਏਗਾ, ਕੋਈ ਫਾਇਦਾ ਨਹੀਂ ਹੋਊਗਾ। ਮੈਂ ਕਈ ਸਾਈਕਲ ਯੂਨਿਟ ਨੇ ਕਿਹਨੇ ਬਾਹਰ ਸਾਈਕਲ ਯੂਨਿਟ ਲਾ ਲਿਆ, ਕਿਹਨੇ ਕਿਸੇ ਨੇ ਲੰਡਨ ਲਾ ਲਿਆ, ਚੀਨ ਲਾ ਲਿਆ, ਹਿਮਾਚਲ ਦੀ ਤਰਾਸਦੀ ਤੋਂ ਅਸੀਂ ਹਲੇ ਵੀ ਫਸੇ ਹੋਏ ਆ ਜੀ। ਸਾਡੀ ਸਾਰੀ ਇੰਡਸਟਰੀ ਹਿਮਾਚਲ ਚ ਚਲੀ ਗਈ ਹੈ ਜੀ, ਪਰ ਪੰਜਾਬ ਦੀ ਇੰਡਸਟਰੀ ਬੰਦ ਹੋ ਗਈ ਹੈ, ਗੋਬਿੰਦਗੜ੍ਹ ਬੰਦ ਹੋ ਗਿਆ, ਲੁਧਿਆਣਾ ਬੰਦ ਹੋ ਗਿਆ। ਨਹੀਂ, ਜਿਹੜਾ ਇੱਥੇ ਬੰਦ ਕਿਉਂ ਹੁੰਦੀ ਫੈਕਟਰੀ, ਜਦੋਂ ਉਹਨੂੰ ਲੱਗ ਜਾਂਦੀ ਹੈ ਟੈਕਸ ਜ਼ਿਆਦਾ ਹੈ, ਜਦੋਂ ਉੱਥੇ ਟੈਕਸ ਘੱਟ ਹੈ, ਉਹੀ ਮੈਂ ਤੁਹਾਨੂੰ ਦੱਸ ਰਿਹਾ, ਜੇ ਪੰਜਾਬ ਦੀ ਇੰਡਸਟਰੀ ਹਿਮਾਚਲ ਵੀ ਚਲੀ ਜਾਵੇ ਜਾਂ ਜੰਮੂ ਕਸ਼ਮੀਰ ਵੀ ਚਲੀ ਜਾਵੇ, ਅਰਬ ਰੁਪਏ ਲਾ ਕੇ ਅਸੀਂ ਜਿਹੜੇ ਇੱਥੇ ਇੰਡਸਟਰੀ ਡਿਵੈਲਪ ਕੀਤੀ ਹੈ, ਅੱਜ ਉਹ ਬੰਦ ਕਰਕੇ ਅਸੀਂ ਸ਼ਿਫਟ ਕਰਨਾ ਬੜਾ ਮੁਸ਼ਕਲ ਕੰਮ ਹੈ ਜੀ। ਸਾਡੀ ਇੰਡਸਟਰੀ ਕਰ ਸਕਦੇ ਬਰਬਾਦੀ ਦਾ, ਜਿਹੜੇ ਕਰ ਸਕਦੇ, ਹਾਂਜੀ ਜਿਹੜੇ ਕਰ ਸਕਦੇ ਨੇ ਉਹ ਕਰ ਸਕਦੇ ਨੇ, ਪਰ ਓਵਰਆਲ ਜਿਹੜਾ ਕੋਈ ਸਾਨੂੰ ਬਹੁਤਾ ਬੈਨੀਫਿਟ ਨਹੀਂ ਹੈਗਾ, ਪੰਜਾਬ ਨੂੰ ਤਾਂ ਨੁਕਸਾਨ ਹੀ ਨੁਕਸਾਨ ਆ, ਜਿੱਥੇ ਟੈਕਸ ਪੰਜਾਬ ਨੂੰ ਵੀ ਨੁਕਸਾਨ ਹੈ, ਜਿੱਥੇ ਟੈਕਸ ਰਿਬੇਟ ਮਿਲਣਾ ਉੱਥੇ ਪੰਜਾਬ ਦੀ ਇੰਡਸਟਰੀ ਬਰਬਾਦ ਹੁੰਦੀ ਪਈ ਹੈ। ਜਿਹੜਾ ਆਪਣੇ ਘਰ ਬਹਿ ਕੇ ਇੰਡਸਟਰੀ ਚਲਾ ਰਿਹਾ ਉਹ ਉੱਥੋਂ ਛੱਡ ਕੇ ਅਤੇ ਬਾਹਰ ਜਾ ਕੇ ਹਿਮਾਚਲ ਜਾਂ J&K ਜਾਏਗਾ ਤੇ ਡੈਫੀਨੇਟਲੀ ਉਹਨੂੰ ਕਰ ਛੱਡਣਾ ਪਏਗਾ ਜੀ। ਚਲੋ, ਵੈਸੇ ਹੁਣ ਚਾਹੀਦਾ ਸੈਂਟਰ ਸਰਕਾਰ ਵੀ ਚਾਹੀਦਾ ਵੀ ਜਾਂ ਤਾਂ ਜੰਮੂ ਕਸ਼ਮੀਰ ਦੇ ਵੀ ਟੈਕਸ ਬੈਨੀਫਿਟ ਬੰਦ ਕਰ ਦੇਣ, ਬਰਾਬਰ ਕਰ, ਪੰਜਾਬ ਦੇ ਬਰਾਬਰ ਕਰ ਲੈਣ, ਹਿਮਾਚਲ ਦੇ ਵੀ ਬੰਦ ਕਰ ਦੇਣ ਤੇ ਜਾਂ ਪੰਜਾਬ ਨੂੰ ਵੀ ਦੇ ਦੇਣ, ਪੰਜਾਬ ਨੂੰ ਟੈਕਸ ਬੈਨੀਫਿਟ ਸਟੇਟ ਦੇ ਤੌਰ ਤੇ ਪੰਜਾਬ ਨੂੰ ਜੇ ਵਪਾਰ ਦੀ ਗੱਲ ਤੋਂ ਇਲਾਵਾ ਵੀ ਜੇ ਅਸੀਂ ਚਾਹੀਏ ਅਸੀਂ ਗੱਲ ਕਰਨਾ, ਮੈਂ ਜੇ ਤੁਸੀਂ ਕੋਈ ਕਹਿੰਦੇ ਹੋ ਤਾਂ ਮੈਂ ਗੱਲ ਥੋੜ੍ਹੀ ਜਿਹੀ ਖੁੱਲ੍ਹ ਕੇ ਵੀ ਕਰ ਸਕਦਾ ਜੀ। ਜੇ ਤੁਸੀਂ ਲਾਓ, ਕਰੋ ਕਰੋ ਕਰੋ, ਬਸ ਇੱਕ ਮਿੰਟ ਦੀ ਗੱਲ, ਇੱਕ ਮਿੰਟ ਦੀ ਗੱਲ ਸਾਰੀ ਮੁਕਾਉਣੀ ਹੈ। ਮੈਂ ਆਪਣੀ ਮੇਰੀ ਪਰਸਨਲ ਰਾਏ ਹੈ, ਇਹਨਾਂ ਚੀਜ਼ਾਂ ਦਾ ਬਹੁਤਾ ਫਰਕ ਨਹੀਂ ਪੈਣਾ, ਨਾ ਸਾਡੀ ਸਰਹੱਦਾਂ ਦਾ ਫਰਕ ਪੈਣਾ, ਇਹ ਸਿਰਫ ਇੱਕ ਪੋਲੀਟੀਕਲ ਸਟੰਟ ਹੈ। ਨਹੀਂ, ਪਰ ਜਿਹੜੇ ਉੱਥੇ ਦੇ ਪੱਥਰਬਾਜ਼ ਸੀ, ਜਿਹੜੇ ਬੱਚੇ ਵਿਗੜ ਜਾਂਦੇ ਸੀ, ਮੁੰਡੇ ਵਿਗੜ ਜਾਂਦੇ ਸੀ, ਉਹਨਾਂ ਨੂੰ ਸਮਝਾਉਣ 'ਚ ਤਾਂ ਆਸਾਨੀ ਹੋਊ? ਨਹੀਂ ਨਹੀਂ ਬਿਲਕੁਲ, ਕੀ ਅਸੀਂ ਠੱਲ ਪਾ ਲਵਾਂਗੇ? ਨਹੀਂ, ਉਹਨਾਂ ਨੂੰ ਸਮਝਾਉਣ 'ਚ ਤਾਂ ਆਸਾਨੀ ਹੋਊਗੀ ਨਾ। ਨਹੀਂ, ਮੇਰੀ ਗੱਲ ਸਮਝੋ, ਇੱਕ ਪੱਥਰਬਾਜ਼ ਦੇ ਪੱਥਰ ਕਰਕੇ ਪੂਰਾ ਜੰਮੂ ਕਸ਼ਮੀਰ ਬੰਦ ਹੋ ਜਾਂਦਾ ਸੀ, ਹੁਣ ਜੰਮੂ ਤਾਂ ਨਹੀਂ ਬੰਦ ਹੋਊਗਾ, ਜੰਮੂ ਦੀ ਪੋਪੂਲੇਸ਼ਨ ਸੁਖੀ ਹੋਊਗੀ। ਇਸ ਗੱਲ ਨਾਲ ਸਹਿਮਤ ਆ, ਜੇ ਕਸ਼ਮੀਰ ਵਿੱਚ ਪੱਥਰ ਚੱਲੂਗਾ ਤੇ ਫੌਜ ਕਸ਼ਮੀਰ ਜਿਹਨੂੰ, ਮੈਂ ਇਸ ਗੱਲ ਦੀ ਮੈਂ ਨਿੰਦਾ ਕਰਦਾ, ਇਸ ਗੱਲ ਦੀ ਪੱਥਰਬਾਜ਼ਾਂ ਦੀ ਨਿੰਦਾ ਕਰਦਾ ਮੈਂ ਖੁੱਲ ਕੇ। ਮੈਂ ਪਹਿਲਾਂ ਗੱਲ ਕਹਿ ਕੇ ਹਟਿਆ ਵੀ ਦੇਸ਼ ਦੀ ਏਕਤਾ ਵਾਸਤੇ ਅਸੀਂ ਕਿਸੇ ਨਾਲ ਸਮਝੌਤਾ ਨਹੀਂ, ਪਰ ਕੀ ਇਹ ਪੋਲੀਟੀਕਲ ਸਟੰਟ ਨਹੀਂ ਹੈ? ਕੀ ਇਲੈਕਸ਼ਨ ਆ ਰਹੀਆਂ ਅੱਗੇ, ਜਦੋਂ ਸਾਡੀ GDP ਜਿਹੜੀ ਹੈ ਉਹ ਡਾਊਨ ਚਲੀ ਗਈ 4% ਤੇ ਆ ਗਈ, ਨਹੀਂ ਉਹ ਵੱਖਰੀ ਸਮੱਸਿਆ, ਉਹ ਚੁਣੌਤੀ ਹੈ। ਮੈਂ ਉਸ ਦੇਖੋ ਦੇਸ਼ ਦੀ GDP ਦੇ ਧਿਆਨ ਨਾਲ ਦੱਸ ਰਿਹਾ, ਮੇਰੀ ਗੱਲ ਸਮਝੋ, ਮੇਰੀ ਗੱਲ ਸਮਝੋ, ਮੈਂ ਕੋਈ ਨਰਿੰਦਰ ਮੋਦੀ ਦਾ ਅੰਨਾ ਭਗਤ ਨਹੀਂ ਬਣ ਗਿਆ, ਮੈਂ ਨਰਿੰਦਰ ਮੋਦੀ ਦੇ ਇਸ ਫੈਸਲੇ ਨੂੰ ਪਸੰਦ ਕੀਤਾ। ਹਾਲ ਦੀ ਘੜੀ GDP ਦੇਸ਼ ਦੀ ਡਿੱਗੀ ਹੋਈ ਹੈ, ਉਹਦਾ ਮੈਂ ਹੁਣ ਵੀ ਵਿਰੋਧੀ ਹਾਂ ਕਿ ਮੋਦੀ ਸਾਹਿਬ ਨੂੰ ਉੱਧਰ ਵੀ ਧਿਆਨ ਦੇਣਾ ਚਾਹੀਦਾ। ਮੈਂ ਉਹਨਾਂ ਦੀ ਗੱਲ ਨਾਲ ਸਹਿਮਤ ਹਾਂ, ਨਰਿੰਦਰ ਮੋਦੀ ਸਾਹਿਬ ਦੀ, ਪ੍ਰਧਾਨ ਮੰਤਰੀ ਸਾਹਿਬ ਨੇ ਜੋ ਫੈਸਲਾ ਕੀਤਾ ਇਹ ਫੈਸਲਾ, ਕਿਉਂਕਿ ਨਾ ਕਾਂਗਰਸ ਕਰ ਸਕੀ, ਕੋਈ ਵੀ ਸਰਕਾਰਾਂ ਕਰ ਨਹੀਂ ਸਕੀਆਂ। ਮੈਂ ਜ਼ਰੂਰ ਇੱਕ ਗੱਲ ਕਰਨੀ ਚਾਹੁੰਦਾ ਤੁਹਾਡੇ ਮਾਧਿਅਮ ਰਾਹੀਂ, ਇਹ ਸਾਰਾ ਕੁਝ ਉਹ ਨਹੀਂ ਹੈ ਜੋ ਤੁਸੀਂ ਦੇਖ ਰਹੇ ਹੋ, ਜੋ ਸਮਝ ਰਹੇ ਹਾਂ ਅਸੀਂ ਲੋਕ ਸਮਝ ਰਹੇ ਹਾਂ, ਇਹ ਸਾਰਾ ਕੁਝ ਸ਼ੂਗਰ ਕੋਟ ਜੋ ਪਹਿਲਾਂ ਹੋ ਰਿਹਾ ਸੀ ਉਹ ਅਸੀਂ ਸਾਰਾ ਨਾ ਸਮਝ ਪਾ ਰਹੇ ਸੀ ਨਾ ਦੇਖ ਪਾ ਰਹੇ ਸੀ, ਹਕੀਕਤ ਉਸ ਤੋਂ ਵੀ ਬਹੁਤ ਮਾੜੀ ਸੀ। ਨਹੀਂ, ਉਵੇਂ ਚੱਲਣਾ ਉਹਦੇ ਪੰਜਾਬ ਚ ਅੱਤਵਾਦ ਖਤਮ ਹੋਇਆ, ਪੰਜਾਬ ਚ ਅੱਤਵਾਦ ਖਤਮ ਹੋਇਆ? ਬਿਲਕੁਲ ਨਹੀਂ ਹੋਇਆ, ਹੋਇਆ ਖਤਮ, ਲੋਕ ਕਹਿੰਦੇ ਸੀ ਪੰਜਾਬ ਚ ਅੱਤਵਾਦ ਖਤਮ ਨਹੀਂ ਹੋ ਸਕਦਾ, ਪਰ ਤੁਸੀਂ ਕਿਸੇ ਦੇ ਹਕੂਕ ਸਰ ਮੇਰੀ ਗੱਲ ਸਮਝੋ ਹੱਕ ਨੂੰ ਖੋ, ਜਦੋਂ ਦੁਨੀਆ ਦੇ ਵਿੱਚ ਫੌਜ ਕਿਸੇ ਚੀਜ਼ ਨੂੰ ਖਤਮ ਕਰਨਾ ਚਾਹਵੇ, ਕਿਸੇ ਬੁਰਾਈ ਨੂੰ ਖਤਮ ਹੋ ਜਾਵੇ, ਕੈਂਸਰ ਖਤਮ ਹੋ ਜਾਵੇ ਸਰ, ਸਮੇਂ ਸਿਰ ਪਤਾ ਲੱਗ ਜਾਏ ਤਾਂ ਕਿਸੇ ਨੇ ਹੱਕ ਨਹੀਂ ਸੀ ਕੋਈ ਡੱਲਾ ਸਾਹਿਬ। ਨਹੀਂ, ਪੰਜਾਬੀਆਂ ਦੀ ਗੱਲ ਹੋਈ ਹੈ, ਦੇਖੋ ਮੈਂ ਤੁਹਾਨੂੰ ਇੱਕ ਗੱਲ ਦੱਸ ਦਿੰਦਾ, ਨਹੀਂ ਜਦੋਂ ਨਵਾਂ ਸੂਬਾ ਬਣਿਆ ਪੰਜਾਬ, ਸਾਡਾ ਪਾਣੀ ਖੋਇਆ ਗਿਆ, ਹੱਕ ਪੰਜਾਬ ਦੇ ਵੀ ਬੜੇ ਖੋਏ, ਹੋ ਗਿਆ ਹੋ ਗਿਆ। ਚਲੋ, ਬਹੁਤ ਬਹੁਤ ਧੰਨਵਾਦ ਜੀ, ਸਾਰਿਆਂ ਨੇ ਆਪਣੀ ਆਪਣੀ ਗੱਲ ਰੱਖੀ, ਲੋਕਤੰਤਰ 'ਚ ਵਿਚਾਰਾਂ ਦਾ ਵਖਰੇਵਾਂ ਹੋ ਸਕਦਾ ਹੈ, ਪਰ ਜਦੋਂ ਮੁਲਕ ਦੀ ਗੱਲ ਆ ਜੇ ਤੇ ਸਾਰਿਆਂ ਨੂੰ ਮੁਲਕ ਦੇ ਫੈਸਲੇ ਦੇ ਨਾਲ ਚੱਲਣਾ ਬਹੁਤ ਲਾਜ਼ਮੀ ਹੈ। ਆਸ ਇਹ ਕਰਾਂਗੇ ਕਿ ਜਿਹੜੇ ਵੀ ਜੰਮੂ ਕਸ਼ਮੀਰ ਦੇ ਨੌਜਵਾਨ ਭਟਕੇ ਹੋਏ ਨੇ ਉਹ ਵੀ ਮੁੱਖ ਧਾਰਾ 'ਚ ਮੁੜਨ, ਪੂਰਾ ਹਿੰਦੁਸਤਾਨ ਉਹਨਾਂ ਦਾ ਹੈ ਅਤੇ ਕਸ਼ਮੀਰ ਹਿੰਦੁਸਤਾਨ ਦਾ ਹੈ, ਅਤੇ ਮਿਲ ਜੁਲ ਕੇ ਅੱਗੇ ਵਧਣਾ ਚਾਹੀਦਾ। ਬਹੁਤ ਬਹੁਤ ਧੰਨਵਾਦ।